ਆਹ ਗੇਟ ਦੇਖਦੇ ਪਏ ਨਾ ਲਹਿੰਦੇ ਵੱਲ ਨੂੰ, ਇਹ ਇਹਦਾ ਗੇਟ ਦਾ ਨਾਂ ਸੀਗਾ ਲਾਹੌਰੀ ਗੇਟ, ਕਿਉਂਕਿ ਇੱਧਰਲੇ ਸਾਈਡ ਫਿਰ ਪਾਕਿਸਤਾਨ ਰਹਿ ਜਾਂਦਾ ਨਾ ਲਾਹੌਰ, ਜਦੋਂ ਫੌਜਾਂ ਇੱਧਰੋਂ ਆਉਂਦੀਆਂ ਸੀ। ਜਿਹੜਾ ਪੱਥਰ ਹੈ ਨਾ ਉਹ ਵੀ ਆਪਣੇ ਪੰਜਾਬ ਤੋਂ ਲਿਆ ਗਿਆ ਸੀਗਾ ਤਾਜ ਮਹਿਲ ਦੇ ਉੱਤੇ ਲਾਉਣ ਵਾਸਤੇ, ਜਿਹੜੇ ਰੰਗਦਾਰ ਪੱਥਰ ਨੇ ਜਿਹੜੇ ਲਿਸ਼ਕਦੇ ਉਹ ਵੀ ਆਪਣੇ ਪੰਜਾਬ ਤੋਂ ਲਏ ਗਏ ਸੀਗੇ। ਕਿਹਾ ਹੋਇਆ ਨਾ ਉਰਦੂ ਦੇ ਵਿੱਚ ਕੋਈ ਕੁਰਾਨ ਸ਼ਰੀਫ ਦੀਆਂ ਐਤਾਂ ਲਿਖੀਆਂ ਹੋਈਆਂ ਉੱਦਾਂ ਹੀ ਇਹਦੇ ਲਿਖੀਆਂ ਹੋਈਆਂ, ਕਿਉਂਕਿ ਜਿਹੜਾ ਸਰਾਂ ਖਾਂ ਸੀ ਨਾ ਉਹ ਮੁਸਲਮਾਨ ਹੀ ਸੀਗਾ, ਜੋ ਜ਼ਿਆਦਾਤਰ ਦੇ ਐਵੇਂ ਦੇ ਮਹਿਲ ਮੁਸਲਮਾਨ ਹੀ ਤਿਆਰ ਕਰਦੇ ਹੁੰਦੇ। ਕਿਉਂਕਿ ਜਿੱਦਾਂ ਉਹਨੇ ਇਹ ਸ਼ਾਹਜਹਾਂ ਨੇ ਆਪਦਾ ਮਹਿਲ ਬਣਵਾਇਆ ਸੀ ਨਾ ਉਸ ਮਿਸਤਰੀ ਕੋਲ, ਅਤੇ ਉੱਦਾਂ ਹੀ ਉਹਨੇ ਫਿਰ ਆਪਦਾ ਆ ਜਿਹੜੀ ਸਰਾਂ ਬਣਾਈ ਸੀਗੀ। ਪਹਿਲਾਂ ਤਾਜ ਮਹਿਲ ਬਣਿਆ ਸੀਗਾ, ਤਾਜ ਮਹਿਲ ਤੋਂ ਬਾਅਦ ਉਹਨੇ ਸਰਾਂ ਬਣਾਈ ਸੀਗੀ। ਇੱਕ ਇੱਕ ਡੇਢ ਡੇਢ ਫੁੱਟ ਦੇ ਤਾਂ ਵੈਸੇ ਹੀ ਨੇ ਬਣੇ ਹੋਏ ਨੇ, ਕਿਉਂਕਿ ਯਾਰ ਉਹ ਇਸ ਕਰਕੇ ਉਦੋਂ ਇਹਦੇ ਇਹਨਾਂ ਨੇ ਵੱਡੇ ਵੱਡੇ ਪੌਦੇ ਹੁੰਦੇ ਸੀਗੇ, ਕਿਉਂਕਿ ਰਾਜੇ ਮਹਾਰਾਜਿਆਂ ਦਾ ਕੱਦ 9-10 ਫੁੱਟ ਦੇ ਕਰੀਬ ਹੁੰਦਾ ਸੀ। ਤਾਂ ਇਹ ਦਰਸਾਉਂਦੀ ਵੀ ਇਹਦੇ ਲਾਗੇ ਬੰਨੇ ਕੋਈ ਸਰਾਂ ਹੈਗੀ, ਅਤੇ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਦਿਖਾਈ ਸੀ ਨਾ ਇਹ ਸਰਾਂ, ਉਹ ਜਿਹੜੀ ਇਦੋਂ 1 ਕਿਲੋਮੀਟਰ ਅੱਗੇ ਸਰਾਂ ਹੈਗੀ। ਹਾਂਜੀ ਮਿੱਤਰੋ, ਕਿਵੇਂ ਹੋ ਸਾਰੇ? ਆਪਣੇ ਇੱਕ ਹੋਰ ਨਵੇਂ ਵਲੋਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਤੁਹਾਨੂੰ ਪਤਾ ਹੀ ਹੋਣਾ ਕਿ ਆਪਣੀ ਚੱਲਦੀ ਪਈ ਪੰਜਾਬ ਦੀ ਸੀਰੀਜ਼, ਜਿੰਨੇ ਆਪਣੇ ਪੰਜਾਬ ਦੇ ਸਰਹੱਦੀ ਇਲਾਕੇ ਨੇ, ਪੁਰਾਣੇ ਪੁਰਾਣੇ ਮਹਿਲ ਜਿਵੇਂ ਖੜ੍ਹੇ ਹੋਏ ਸਰਹੱਦੀ ਇਲਾਕਿਆਂ ਦੇ ਵਿੱਚ, ਅਤੇ ਪੁਰਾਣੇ ਮਹਿਲ ਹੋ ਗਏ, ਪੁਰਾਣੇ ਬੁਰਜ ਹੋ ਗਏ, ਅੰਗਰੇਜ਼ਾਂ ਦੇ ਵੇਲੇ ਦੇ ਬਣੇ ਹੋਏ, ਆਪਾਂ ਸਾਰੇ ਤੁਹਾਨੂੰ ਵਿਖਾਉਣੇ ਵੇ। ਅਤੇ ਜੇ ਤੁਸੀਂ ਆਪਣੀਆਂ ਪਹਿਲੀਆਂ ਵੀਡੀਓ ਨਹੀਂ ਵੇਖੀਆਂ, ਉਹਨਾਂ ਦਾ ਲਿੰਕ ਤੁਹਾਨੂੰ ਥੱਲੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ, ਉਹਨੂੰ ਜਾ ਕੇ ਵੇਖ ਲਿਆ ਜੋ, ਬੜੀਆਂ ਮਸਤ ਵੀਡੀਓ ਬਣਾਈਆਂ ਆਪਣਾ। ਪਰ ਅੱਜ ਆਪਾਂ ਜਾਂਦੇ ਪਏ ਹਾਂ ਇੱਧਰ ਤਰਨ ਤਾਰਨ ਵੱਲ, ਜਾਂਦੇ ਪਏ ਆਪਾਂ ਸ਼ਾਹਜਹਾਂ ਦੇ ਮਿਸਤਰੀ ਕੋਲ। ਤੁਹਾਨੂੰ ਪਤਾ ਹੀ ਹੋਣਾ ਵੀ ਤਾਜ ਮਹਿਲ ਬਣਾਇਆ ਸੀਗਾ, ਤਾਜ ਮਹਿਲ ਜਿਹੜੇ ਮਿਸਤਰੀ ਨੇ ਬਣਾਇਆ ਸੀਗਾ, ਅੱਜ ਆਪਾਂ ਉਹਦੇ ਘਰ ਜਾਂਦੇ ਪਏ। ਉਹ ਖੰਡਰ ਬਣਾਇਆ ਪਿਆ, ਉਹ ਵੀ ਬੜਾ ਪੁਰਾਣਾ, ਲੋਕ ਨਾਲ ਇਵੇਂ ਕੰਟੀਨਿਊ ਬਣੇ ਰਹੇ, ਬੜਾ ਮਸਤ ਵਲੋਗ ਹੋਣਾ। ਪਹੁੰਚ ਕੇ ਸਤਲੁਜ ਦਰਿਆ ਦੇ ਉੱਤੇ, ਯਾਨੀ ਕਿ ਆਪਾਂ ਬ੍ਰਿਜ ਦੇ ਉੱਤੇ ਖੜੇ ਹਾਂ, ਅਤੇ ਆਪਣੇ ਨਾਲ ਆਪਣਾ ਭਰਾ ਹੈਗਾ ਜੌਨ। ਦੇਖੋ ਇਹ ਸਤਲੁਜ ਦਰਿਆ, ਜਿੰਨੀ ਸਾਰੀ ਰੇਤਾ ਤੁਸੀਂ ਦੇਖਦੇ ਪਏ ਜੇ ਨਾ, ਇਹ ਸਾਰੇ ਸਤਲੁਜ ਦਰਿਆ ਦੀ ਰੇਤਾ। ਪਿਛਲੇ ਦਿਨਾਂ ਦੇ ਵਿੱਚ ਇੱਥੇ ਇੰਨਾ ਪਾਣੀ ਸੀ ਨਾ ਕਿ ਪੁੱਛੋ ਹੀ ਨਾ। ਅਤੇ ਦੂਸਰੇ ਪਾਸੇ ਆਹ ਰਹਿ ਜਾਂਦਾ ਵਾ ਹਰੀਕੇ ਦਾ ਜਿਹੜਾ ਮੇਨ ਬ੍ਰਿਜ, ਇੱਥੋਂ ਕਿ ਪਾਣੀ ਛੱਡਦੇ ਨੇ ਅਤੇ ਫਿਰ ਅਗਾਂਹ ਨੂੰ ਜਾਂਦਾ। ਅਤੇ ਮੈਂ ਵੀਡੀਓ ਦੇ ਵਿੱਚ ਕਈ ਵਾਰੀ ਬੋਲਿਆ ਵੀ ਜਿਹੜਾ ਆਪਣਾ ਸਤਲੁਜ ਦਾ ਦਰਿਆ ਹੈ ਇਹ ਹਿਮਾਚਲ ਦੇ ਵਿੱਚ ਆਉਂਦਾ, ਜਿੱਥੋਂ ਕਿ ਤਿੱਬਤ ਦੀ ਬਾਂਦ ਰੇਖਾ ਸਰੋਵਰ 'ਚੋਂ ਇਹ ਨਿਕਲਦਾ ਵਾ, ਅਤੇ ਫਿਰ ਹੁੰਦਾ ਹੋਇਆ ਆਪਣੇ ਇਹ ਪੰਜਾਬ ਦੇ ਵਿੱਚ ਐਡਰ ਹੁੰਦਾ ਨੰਗਲ ਡੈਮ, ਭਾਖੜਾ ਡੈਮ, ਜਿੱਥੇ ਕਿ। ਹਾਂਜੀ ਮਿੱਤਰੋ, ਆਪਾਂ ਪਹੁੰਚ ਗਏ ਸਰਾਂ ਮੰਨਤ ਖਾਂ। ਜਿਵੇਂ ਕਿ ਮੈਂ ਤੁਹਾਨੂੰ ਵੀਡੀਓ 'ਚ ਪਹਿਲਾਂ ਦੱਸਿਆ ਸੀਗਾ ਵੀ ਉਹ ਉਹਨੇ ਸ਼ਾਹਜਹਾਂ ਦਾ ਮਹਿਲ ਵੀ ਬਣਾਇਆ ਸੀਗਾ, ਅਤੇ ਉਹਦੀ ਯਾਦ ਦੀ ਵੀ ਸਰਾਂ ਸੀਗੀ। ਅਤੇ ਆਹ ਤੁਸੀਂ ਦੇਖੋ ਆ ਜੇ ਸਰਾਂ, ਸਰਾਂ ਦਾ ਪਹਿਲਾ ਮੇਨ ਗੇਟ ਹੈਗਾ ਵਾ। ਇੱਥੋਂ ਵੀ ਜਿੱਦਾਂ ਉਹਨੇ ਇਹ ਸ਼ਾਹਜਹਾਂ ਨੇ ਆਪਦਾ ਮਹਿਲ ਬਣਵਾਇਆ ਸੀ ਨਾ ਉਸ ਮਿਸਤਰੀ ਕੋਲ, ਅਤੇ ਉੱਦਾਂ ਹੀ ਉਹਨੇ ਫਿਰ ਆਪਦਾ ਆ ਜਿਹੜੀ ਸਰਾਂ ਬਣਾਈ ਸੀਗੀ। ਪਹਿਲਾਂ ਤਾਜ ਮਹਿਲ ਬਣਿਆ ਸੀਗਾ, ਤਾਜ ਮਹਿਲ ਤੋਂ ਬਾਅਦ ਉਹਨੇ ਸਰਾਂ ਬਣਾਈ ਸੀਗੀ। ਅਤੇ ਜਿਵੇਂ ਕਿ ਤਾਜ ਮਹਿਲ 1631-32 ਦੇ ਵਿੱਚ ਬਣਿਆ ਵਾ, ਅਤੇ 1928 ਦੇ ਵਿੱਚ, ਅਤੇ ਆਹ ਇਹਦਾ ਇਤਿਹਾਸ ਲੱਗਾ ਹੋਇਆ ਵਾ, ਆਹ ਜਿਹੜਾ ਇਤਿਹਾਸ ਇਹਦਾ ਸਾਰਾ ਦਿੱਤਾ ਗਿਆ। ਇੱਧਰ ਵੀ ਲੱਗਾ ਹੋਣਾ ਸ਼ਾਇਦ, ਇੱਧਰ ਹਿੰਦੀ 'ਚ ਲੱਗਾ ਅਤੇ ਇੱਧਰ ਪੰਜਾਬੀ 'ਚ ਲੱਗਾ, ਹੁਣ ਤਾਂ ਬੋਰਡ ਚੱਕ ਦਿੱਤਾ ਵਾ। ਅਤੇ ਬਾਕੀ ਤੁਸੀਂ ਆ ਵੇਖੋ ਇਹ ਬਿਲਡਿੰਗ ਦੀ ਕੰਸਟਰਕਸ਼ਨ ਵੇਖੋ ਕਿੰਨੀ ਵਧੀਆ ਕੀਤੀ ਗਈ, ਕਿਉਂਕਿ ਇਸ ਟਾਈਮ 'ਤੇ ਹਾਲੇ ਵੀ ਇਹ ਸੋਹਣਾ ਲੱਗਦਾ ਪਿਆ। ਜਿਹੜੀ ਇਹਦੇ 'ਚ ਪੇਂਟਿੰਗ ਪੁੰਟਿੰਗ ਹੋਈ ਨਾ ਉਹ ਤਾਂ ਹੁਣ ਚੜ ਗਈ ਵਾ, ਕਿਉਂਕਿ ਪੁਰਾਣੇ ਜ਼ਮਾਨਿਆਂ ਵਿੱਚ ਇਹ ਕਲਰ ਸਬਜ਼ੀਆਂ ਤੋਂ ਫਲਾਂ ਤੋਂ ਲਏ ਜਾਂਦੇ ਸੀਗੇ ਅਤੇ ਉਹਨਾਂ ਤੋਂ ਤਿਆਰ ਹੁੰਦੇ ਸੀਗੇ ਕਲਰ। ਅਤੇ ਜਿਹੜੀ ਇਹਦੇ 'ਚ ਇੱਟ ਵਰਤੀ ਗਈ ਉਹ ਨਾਨਕਸ਼ਾਹੀ ਇੱਟ ਵਰਤੀ ਗਈ, ਕਿਉਂਕਿ ਯਾਰ ਜਿੰਨੇ ਪੁਰਾਣੇ ਮਹਿਲ ਅਤੇ ਮੁਸਲਮਾਨਾਂ ਨੇ ਬਣਾਏ ਨਾ
ਉਹਨਾਂ 'ਚ ਸਾਰਿਆਂ ਵਿੱਚ ਨਾਨਕਸ਼ਾਹੀ 80 ਯੂਜ਼ ਹੋਈ ਹੈ। ਅਤੇ ਆਹ ਤੁਸੀਂ ਦੇਖੋ ਵੀ ਇਹ ਤਾਂ ਉਦੋਂ ਵੀ ਪਤਲੀ ਲੱਗਦੀ ਵੀ ਜਿਹੜੀਆਂ ਅੱਜ ਤੱਕ ਮੈਂ ਵੇਖੀਆਂ ਨਾ ਉਹਨਾਂ ਤੋਂ ਵੀ ਇਹ ਪਤਲੀ ਹੈ ਇੱਟ। ਅਤੇ ਉੱਪਰ ਦੀ ਇਹਦੀ ਕੰਸਟਰਕਸ਼ਨ ਦੇਖੋ, ਉੱਪਰ ਇਹਦੇ ਕਲਰ ਕੁਲਰ ਕੀਤੇ ਹੋਣੇ, ਡਿਜ਼ਾਇਨ ਕੀਤੇ ਹੋਣਾ, ਪੇਂਟਿੰਗ ਕੀਤੀ ਹੋਣੀ, ਹੁਣ ਉਹ ਤਾਂ ਗਈ ਹੈ ਝੜ। ਅਤੇ ਹਾਂ ਮੈਂ ਤੁਹਾਨੂੰ ਦਿਖਾਉਣਾ ਪੇਂਟਿੰਗ, ਆ ਜਿਹੜੀ ਸਾਹਮਣੇ ਆ ਸਾਰੀ ਪੇਂਟਿੰਗ ਹੋਈ ਹੋਈ ਆ। ਅਤੇ ਜਿਵੇਂ ਤਾਜ ਮਹਿਲ ਦੇ ਸਾਈਡਾਂ 'ਤੇ ਲਿਖਿਆ ਹੋਇਆ ਨਾ ਉਰਦੂ ਦੇ ਵਿੱਚ ਕੋਈ ਕੁਰਾਨ ਸ਼ਰੀਫ ਦੀਆਂ ਐਤਾਂ ਲਿਖੀਆਂ ਹੋਈਆਂ, ਉੱਦਾਂ ਹੀ ਇਹਦੇ ਲਿਖੀਆਂ ਹੋਈਆਂ, ਕਿਉਂਕਿ ਜਿਹੜਾ ਸਰਾਂ ਖਾਂ ਸੀ ਨਾ ਉਹ ਮੁਸਲਮਾਨ ਹੀ ਸੀਗਾ, ਜੋ ਜ਼ਿਆਦਾਤਰ ਦੇ ਐਵੇਂ ਦੇ ਮਹਿਲ ਮੁਸਲਮਾਨ ਹੀ ਤਿਆਰ ਕਰਦੇ ਹੁੰਦੇ ਸੀਗੇ। ਅਤੇ ਉਹ ਫਿਰ ਆਪਦੇ ਜਿਹੜੇ ਉਹਨਾਂ ਦਾ ਜਿਹੜਾ ਗੁਰੂ ਸੀਗਾ ਉਹਦੀਆਂ ਜਿਹੜੀਆਂ ਐਤਾਂ ਹੁੰਦੀਆਂ ਅਤੇ ਗੇਟ ਦੇ ਚਾਰੇ ਪਾਸੇ ਲਿਖਦੇ ਹੁੰਦੇ ਸੀ। ਅਤੇ ਜਿਵੇਂ ਤਾਜ ਮਹਿਲ ਦੀਆਂ ਮਿਨਾਰਾਂ ਸਾਈਡ 'ਤੇ ਨੇ ਅਤੇ ਇਹਦੇ ਵੀ ਛੋਟੀਆਂ ਛੋਟੀਆਂ ਮਿਨਾਰਾਂ ਖੜੀਆਂ ਹੋਈਆਂ, ਅਤੇ ਉੱਧਰ ਵੀ ਤਾਂ ਢਹਿ ਗਈ। ਅਤੇ ਆਪਾਂ ਹੁਣ ਇਹਦੇ ਅੰਦਰ ਜਾ ਕੇ ਅੰਦਰ ਵੀ ਵੇਖਦੇ ਵੀ ਕੀ ਕੁਛ ਹੈਗਾ। ਅਤੇ ਮਿੱਤਰੋ ਆਪਾਂ ਹੁਣ ਉੱਪਰ ਜਾਂਦੇ, ਉੱਪਰ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਇਹਦਾ ਸਾਰਾ ਵਿਊ। ਇਹ ਪਹਿਲਾ ਗੇਟ ਹੈ ਵਾ, ਅਤੇ ਆਪਾਂ ਦੂਸਰੇ ਗੇਟ 'ਤੇ ਵੀ ਜਾਣਾ। ਪੂਰੀ ਯਾਰੀ ਕਿ ਇੱਕ ਸਰਾਂ ਬਣਾਈ ਸੀ, ਕਲੋਨੀ ਟਾਈਪ ਬਣਾਈ ਹੋਈ ਸੀਗੀ ਉਹ ਬੰਦੇ ਨੇ ਆਪਦੇ ਵਾਸਤੇ। ਉੱਪਰ ਆਪਾਂ ਇੱਧਰ ਨੂੰ ਜਾਣਾ, ਇਹ ਵੀ ਤੁਹਾਨੂੰ ਸਾਰਾ ਦਿਖਾਉਣਾ। ਅਤੇ ਥੱਲੇ ਜਿਵੇਂ ਪਹਿਲੀ ਮੰਜ਼ਿਲ 'ਤੇ ਉਹਨਾਂ ਦੇ ਹਾਥੀ ਘੋੜੇ ਹੁੰਦੇ ਸੀਗੇ, ਦੂਸਰੀ ਮੰਜ਼ਿਲ 'ਤੇ ਅਸਲਾ ਹੁੰਦਾ, ਅਤੇ ਤੀਸਰੀ ਮੰਜ਼ਿਲ 'ਤੇ ਉਹ ਆਪ ਰਹਿੰਦੇ ਹੁੰਦੇ ਸੀਗੇ, ਸੈਨਿਕ ਵੀ ਹੁੰਦੇ ਸੀਗੇ। ਤਾਂ ਸਾਰੀ ਇਹ ਜਿਹੜੀ ਸਰਾਂ ਬਣਾਈ ਹੋਈ ਉਹਨਾਂ ਦੀ ਜਗ੍ਹਾ ਹੋਈ ਹੈ, ਅਤੇ ਅੰਦਰੋਂ ਕੁਝ ਐਵੇਂ ਦਾ ਦਿਸਦਾ। ਦੇਖੋ ਤੁਸੀਂ ਵੀ ਆਹ ਜਿੱਦਾਂ ਗੇਟ ਦਾ, ਇਹ ਜਿੱਦਾਂ ਮਹਿਲਾਂ ਦੇ ਗੇਟ ਬਣਾਉਂਦੇ ਹੁੰਦੇ ਉੱਦਾਂ ਹੀ ਇਹਦੇ ਬਣਾਏ ਹੋਏ ਆ। ਦੂਸਰੀ ਸਾਈਡ ਵੀ ਆਪਾਂ ਜਾਣਾ, ਅਤੇ ਜਿਹੜੀ ਤੁਸੀਂ ਛੱਤ ਦੇਖਦੇ ਪਏ ਨਾ ਉੱਪਰੋਂ ਗੋਲ, ਇਹ ਗੋਥਿਕ ਸਟਾਈਲ ਦੀ ਛੱਤ ਪਾਈ ਹੋਈ, ਕਿਉਂਕਿ ਅੰਗਰੇਜ਼ਾਂ ਦੇ ਵੇਲੇ ਜ਼ਿਆਦਾਤਰ ਗੋਥਿਕ ਸਟਾਈਲ ਦੇ ਅਤੇ ਮੁਸਲਮਾਨ ਜ਼ਿਆਦਾਤਰ ਇੱਦਾਂ ਦੀਆਂ ਛੱਤਾਂ ਪਾਉਂਦੇ ਹੁੰਦੇ ਸੀ, ਅਤੇ ਆਪਣੇ ਤਾਂ ਹੁਣ ਸਿੰਪਲ ਛੱਤਾਂ ਨੇ ਤਾਂ ਹੋਈ ਹੈ। ਅਤੇ ਪੇਂਟਿੰਗ ਇਹਦੇ ਵੀ ਕੀਤੀ ਹੋਣੀ ਵਾ, ਉਹ ਵੀ ਸਾਰੀ ਲੱਥ ਗਈ ਹੁਣ ਤਾਂ। ਅਤੇ ਇੱਧਰਲੀ ਸਾਈਡ ਵੇਖੋ ਆਪਾਂ ਉਹ ਉੱਥੇ ਜਾਣਾ ਵਾ। ਅਤੇ ਵੀਰੇ ਇਹਦਾ ਉੱਪਰ ਜਾਣ ਵਾਸਤੇ ਕਿੱਧਰ ਦੀ ਪੌੜੀਆਂ ਆ ਜਾਓ, ਹੁਣ ਆਪਾਂ ਤੀਸਰੀ ਮੰਜ਼ਿਲ 'ਤੇ ਜਾਂਦੇ, ਪਹਿਲੀ ਦੂਜੀ ਤੀਸਰੀ ਮੰਜ਼ਿਲ ਆਹ ਦੇਖੋ ਵੀ ਉਸ ਟਾਈਮ 'ਤੇ ਦੇਖੋ ਵੀ ਯਾਰ ਸਟੈਪ ਕਿੰਨੇ ਚੌੜੇ ਬਣਾਏ, ਘੱਟੋ ਘੱਟ 1 ਫੁੱਟ ਦਾ ਸਟੈਪ ਹੋਣਾ, ਅਤੇ ਹੁਣ ਤਾਂ ਆਪਣੇ ਵੱਧ ਤੋਂ ਵੱਧ 4-5 ਜਾਂ 6 ਇੰਚ ਰੱਖਦੇ ਵਾ। ਅਤੇ ਆ ਉੱਪਰੋਂ ਦੇਖੋ, ਆਹ ਦੇਖੋ ਜਿਹੜੇ ਮੈਂ ਤੁਹਾਨੂੰ ਦੱਸਿਆ ਨਾ ਵੀ ਗੋਥਿਕ ਸਟਾਈਲ ਦੀ ਛੱਤ ਪਾਉਂਦੇ ਹੁੰਦੇ ਸੀ ਪੁਰਾਣੇ ਟਾਈਮਾਂ ਦੇ ਵਿੱਚ, ਤਾਂ ਉਸ ਤਰ੍ਹਾਂ ਬਣੀ ਹੋਈ ਆ ਉੱਪਰੋਂ ਉੱਠੀ ਹੋਈ ਹੈ। ਅਤੇ ਥੱਲੋਂ ਇਹ ਦੇਖੀਏ ਤਾਂ ਆਪਣਾ ਮੂਹਰਾ ਜਿਹਾ ਦਿਸਦਾ, ਅਤੇ ਇੱਧਰ ਵੀ ਬਣੀ ਹੋਈ ਹੈ ਉਹ ਹੀ ਛੱਤ। ਅਤੇ ਆਪਾਂ ਇਹਦੇ ਅੰਦਰ ਚੱਲ ਕੇ ਦੇਖਣੇ ਵੀ ਇਹਦੇ 'ਚ ਕੀ, ਅਤੇ ਕਿਉਂਕਿ ਯਾਰ ਜਦੋਂ ਉਸ ਟਾਈਮ 'ਤੇ ਜਿਹੜੇ ਮੁਸਲਮਾਨ ਹੁੰਦੇ ਸੀ ਨਾ, ਅਤੇ ਆਪਾਂ ਤੀਸਰੀ ਮੰਜ਼ਿਲ 'ਤੇ ਆ ਗਏ ਹਾਂ। ਅਤੇ ਆਹ ਦੇਖੋ ਸਾਹਮਣੇ ਜਿਸ ਤਰ੍ਹਾਂ ਉਹਨੇ ਆਪਦੀ ਸਰਾਂ ਬਣਾਈ ਸੀਗੀ, ਇੱਕ ਉਹ ਸਾਹਮਣੇ ਗੇਟ ਸੀਗਾ, ਇੱਧਰ ਸਾਰੇ ਪਾਸੇ ਉਹਨੇ ਆਪਦੇ ਮਕਬਰੇ ਬਣਾਏ ਹੋਏ ਸੀਗੇ, ਅਤੇ ਇੱਧਰੋਂ ਦੂਸਰੀ ਸਾਈਡ ਮਕਬਰੇ ਬਣਾਏ ਹੋਏ ਸੀਗੇ, ਯਾਨੀ ਕਿ ਇਸ ਕਿਲੇ 'ਤੇ ਜੇ ਕੋਈ ਹਮਲਾ ਕਰਦਾ ਵਾ ਅਤੇ ਉਹ ਇਸ ਕਿਲੇ ਦੇ ਅੰਦਰ ਜੇ ਕੋਈ ਹਮਲਾ ਕਰਨ ਦੀ ਸਾਜਿਸ਼ ਨਾਲ ਆਉਂਦਾ ਵਾ ਤਾਂ ਉਹ ਬਾਹਰ ਨਾ ਨਿਕਲੇ, ਅਤੇ ਜੇ ਬਾਹਰ ਕੋਈ ਬੰਦਾ ਹੈਗਾ ਉਹ ਹਮਲਾ ਕਰਦਾ ਤਾਂ ਉਹ ਛੇਤੀ ਹਮਲਾ ਨਾ ਕਰ ਪਾਏ। ਅਤੇ ਆਪਾਂ ਹੁਣ ਇਹਦੇ ਉੱਪਰ ਵੀ ਜਾਂਦੇ ਹਾਂ। ਅਤੇ ਵੈਸੇ ਤਾਂ ਟੋਟਲ 3 ਮੰਜ਼ਿਲ ਹੀ ਬਣਾਇਆ ਗਿਆ, ਪਰ ਜਿਹੜੀ ਚੌਥੀ ਮੰਜ਼ਿਲ 'ਤੇ ਆਪਾਂ ਚੱਲੇ ਹਾਂ ਉਹ ਤਾਂ ਵੈਸੇ ਡਿਜ਼ਾਇਨ ਦੇ ਤੌਰ 'ਤੇ, ਕਿਉਂਕਿ ਯਾਰ ਉਦੋਂ ਜਿਹੜੇ ਮੁਸਲਮਾਨ ਹੋ ਗਏ ਉਦੋਂ ਜਿਹੜੇ ਜੋ ਵੀ ਮਹਿਲ ਬਣਾਉਂਦੇ ਹੁੰਦੇ ਸੀ ਨਾ ਬੜੇ ਲਗਨ ਨਾਲ ਬਣਾਉਂਦੇ ਹੁੰਦੇ ਸੀਗੇ, ਮਤਲਬ ਕਿ ਉਹਨਾਂ ਨੂੰ ਬਹੁਤ ਵਧੀਆ ਇਹ ਲੱਗਦਾ ਹੁੰਦਾ ਸੀ ਕਿ ਮੇਰਾ ਮਹਿਲ ਵੱਡਾ ਸਾਰਿਆਂ ਨੂੰ ਦਿਸੇ। ਅਤੇ ਆਹ ਦੇਖੋ ਤੁਸੀਂ ਜਿਹੜਾ ਮੈਂ ਤੁਹਾਨੂੰ ਥੱਲੇ ਉਹ ਦਿਖਾਇਆ ਸੀ ਨਾ, ਆ ਉੱਪਰੋਂ ਹੁਣ ਤਾਂ ਸਾਰਾ ਵਿਗੜਿਆ ਪਿਆ। ਅਤੇ ਪਰ ਯਾਰ ਇੱਕ ਗੱਲ ਆਪਣੇ ਜਿਹੜੇ
ਸਰਕਾਰ ਪੰਜਾਬ ਸਰਕਾਰ ਨੂੰ ਚਾਹੀਦੀ ਵੀ ਇਹਦੀ ਦੇਖ ਰੇਖ ਵਾਸਤੇ ਬੰਦੇ ਹੋਣੇ ਚਾਹੀਦੇ ਵੀ। ਅਤੇ ਇੱਥੋਂ ਸਾਰਾ ਪਿੰਡ ਦਿਸਦਾ ਪਿਆ ਜੀ, ਸਰਾਂ ਮਨਤ ਖਾਂ, ਇਹ ਜਿਹੜਾ ਪਿੰਡ ਦਾ ਨਾਂ ਹੈ ਉਹ ਵੀ ਮੁਸਲਮਾਨ ਦੇ ਨਾਮ 'ਤੇ ਪਿਆ ਹੋਇਆ, ਸਰਾਂ ਮਨਤ ਖਾਂ। ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਵਾ, ਅਟਾਰੀ ਪਿੰਡ ਦੇ ਲਾਗੇ, ਜਿਹੜਾ ਕਿ ਅਟਾਰੀ ਬੋਰਡਰ ਇੱਥੋਂ ਥੋੜ੍ਹਾ ਹੀ ਰਹਿ ਜਾਂਦਾ ਵਾ। ਅਤੇ ਆਹ ਤੁਸੀਂ ਦੇਖੋ ਵੀ ਉਸ ਟਾਈਮ 'ਤੇ ਜਿਹੜੀ ਕੰਸਟਰਕਸ਼ਨ ਕੀਤੀ ਹੋਈ ਨਾ, ਤੁਸੀਂ ਦੀਵਾਰਾਂ ਦੇਖੋ ਕਿੰਨੀਆਂ ਮੋਟੀਆਂ ਮੋਟੀਆਂ ਕਰਦੇ ਹੁੰਦੇ ਸੀਗੇ। ਅਤੇ ਹੁਣ ਤਾਂ ਸਾਰੇ ਢਾਹ ਢੂਹ ਦਿੱਤੇ, ਬਸ ਇਹ ਇਕੱਲਾ ਜਿਹੜਾ ਆਹੀ ਕਿਲ੍ਹਾ ਇਹੀ ਖੜਿਆ ਵਾ। ਅਤੇ ਜਿਹੜੀ ਤੁਸੀਂ ਹੁਣ ਜਿੰਦਾ ਦੇਖਦੇ ਪਏ ਜੇ ਨਾ ਘਰ ਬਣੇ ਹੋਏ, ਇਹ ਸਾਰਾ ਇੱਕ ਸਰਾਂ ਹੁੰਦੀ ਸੀਗੀ, ਉੱਥੇ ਉਹਦੇ ਆਪਦੇ ਉਹਨੇ ਮਕਬਰੇ ਬਣਾਏ ਸੀਗੇ ਸਾਰੇ ਆਲੇ ਦੁਆਲੇ। ਚਾਰ ਦੀਵਾਰੀ ਕੀਤੀ ਸੀਗੀ, 165 ਫੁੱਟ ਦੀਆਂ ਉੱਪਰ ਕੰਧਾਂ ਕੀਤੀਆਂ, ਜਿਹੜਾ ਕੋਈ ਦੁਸ਼ਮਣ ਇਹਦੇ 'ਤੇ ਹਮਲਾ, ਸਰਾਂ 'ਤੇ ਹਮਲਾ ਕੋਈ ਕਰ ਨਾ ਸਕੇ। ਅਤੇ ਹੁਣ ਆਪਾਂ ਦੂਸਰੇ ਪਾਸੇ ਵੀ ਜਾਂਦੇ, ਆ ਜਿਹੜਾ ਹੁਣ ਮਕਬਰਾ ਨਾ ਇਹਦੇ 'ਤੇ ਚੱਲੇ ਜੇ, ਇਹ ਵੀ ਖਤਮ ਹੀ ਹੋਇਆ ਇੱਕ ਹਿਸਾਬ ਦਾ। ਅਤੇ ਆਹ ਦੇਖੋ ਆਪਾਂ ਉੱਡੇ, ਇਹ ਆਹ ਚੜ੍ਹਨ ਲੱਗਿਆ ਸਾਹ ਚੜ੍ਹ ਜਾਂਦਾ ਘੱਟੋ ਘੱਟ ਇੱਕ ਇੱਕ ਡੇਢ ਡੇਢ ਫੁੱਟ ਦੇ ਤਾਂ ਵੈਸੇ ਹੀ ਨੇ ਬਣੇ ਹੋਏ ਨੇ, ਕਿਉਂਕਿ ਯਾਰ ਉਹ ਇਸ ਕਰਕੇ ਉਦੋਂ ਇੱਦੇ ਇੰਨੇ ਇੰਨੇ ਵੱਡੇ ਵੱਡੇ ਪੌਦੇ ਹੁੰਦੇ ਸੀਗੇ, ਕਿਉਂਕਿ ਰਾਜੇ ਮੈਂ ਰਾਜਿਆਂ ਦਾ ਕੱਦ 9-10 ਫੁੱਟ ਦੇ ਕਰੀਬ ਹੁੰਦਾ ਸੀ, ਤਾਂ ਹਿਸਾਬ ਲਾ ਲਓ ਉਹਨਾਂ ਨੂੰ 1 ਫੁੱਟ ਦੀ ਵਲਾਂਗ ਪੱਟਣੀ ਤਾਂ ਫਿਰ ਆਮ ਸਿੰਪਲ ਜੀ ਗੱਲ ਨਾ। ਉਹ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਹੋਇਆ, ਅਤੇ ਆਹ ਯਾਰ ਇਹਦੇ ਵਿੱਚ ਵਰਤਿਆ ਗਿਆ ਚੂਨਾ ਪੱਥਰ, ਜਿਹੜਾ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ, ਆਹ ਦੇਖੋ ਆਹ ਸਾਰਾ ਚੂਨਾ ਪੱਥਰ ਏ, ਆਹ ਵੇਖੋ ਆਹ ਜਿਹੜੇ ਨਿੱਕੀਆਂ ਨਿੱਕੀਆਂ ਰੋੜੀਆਂ ਜਿਹੀਆਂ ਵਿੱਚ ਪਈਆਂ ਹੋਈਆਂ, ਸਾਰਾ ਚੂਨਾ ਪੱਥਰ ਏ। ਕਿਉਂਕਿ ਚੂਨਾ ਪੱਥਰ ਇੱਕ ਐਵੇਂ ਦੀ ਚੀਜ਼ ਨਾ, ਸਾਲੋ ਸਾਲ ਇਹ ਖੜ੍ਹਾ ਰਹੇ, ਤੈਨੂੰ ਕੁਝ ਨਹੀਂ ਹੁੰਦਾ। ਤਾਂ ਦੇਖੋ ਤੁਹਾਡੇ ਸਾਹਮਣੇ ਸਾਲੋ ਸਾਲ ਇਹ ਖੜ੍ਹਾ ਰਿਹਾ, ਘੱਟੋ ਘੱਟ ਇਹਨੂੰ 150 ਸਾਲ ਹੋ ਗਿਆ ਪੁਰਾਣਾ, ਹਾਲੇ ਤੱਕ ਉਵੇਂ ਤੋਂ ਉਵੇਂ ਖੜ੍ਹਾ। ਅਤੇ ਸਮੇਂ ਦੇ ਹਿਸਾਬ 'ਤੇ ਹਰੇਕ ਚੀਜ਼ ਨੂੰ ਫਰਕ ਪੈਂਦਾ, ਅਤੇ ਇਹਨੂੰ ਵੀ ਪਿਆ ਵਾ ਧੁੱਪ। ਇਹ ਗੌਥਿਕ ਸਟਾਈਲ ਦੀ ਛੱਤ ਪਈ ਹੋਈ ਹੈ ਇਹਦੇ ਉੱਪਰ ਵੀ, ਇਹਦੇ ਉੱਪਰ ਤਾਂ ਆਪਾਂ ਜਾ ਨਹੀਂ ਸਕਦੇ, ਅਤੇ ਪੇਂਟਿੰਗ ਹਾਲੇ ਵੀ ਦਿਸਦੀ ਆ। ਫਿਰ ਥੱਲੇ ਜਾਂਦੇ ਹਾਂ, ਅਤੇ ਇਹਦੇ ਜਿਹੜੇ ਕਮਰੇ ਮੈਂ ਉਹ ਵੀ ਤੁਹਾਨੂੰ ਚੈੱਕ ਕਰਾਉਣਾ, ਅਤੇ ਆਪਾਂ ਹੁਣ ਉੱਥੇ ਜਾਣਾ ਵਾ। ਇਹ ਆਹ ਦੇਖੋ ਤੁਸੀਂ, ਆਪਾਂ ਇੱਥੇ ਜਾਣਾ ਵਾ, ਇਹਦਾ ਦੂਸਰਾ ਗੇਟ ਵੀ ਆਪਾਂ ਚੈੱਕ ਕਰਨਾ। ਟੋਟਲ ਇਸ ਜਿਹੜੀ ਸਰਾਂ ਦੇ 2 ਗੇਟ ਸੀਗੇ, ਅਤੇ ਆਸੇ ਪਾਸੇ ਬਣਾਏ ਸੀਗੇ ਵੱਡੇ ਵੱਡੇ ਮਕਬਰੇ, ਅਤੇ 165 ਫੁੱਟ ਦੀਆਂ ਉੱਪਰ ਦੁਬਾਰਾ ਖੜੀਆਂ ਕੀਤੀਆਂ ਹੋਈਆਂ ਸੀ, ਤਾਂ ਜੋ ਕਿਲ੍ਹੇ ਦੇ ਵਿੱਚ ਕੋਈ ਬੇਫਾਲਤੂ ਦੁਸ਼ਮਣ, ਕੋਈ ਵੀ ਦੁਸ਼ਮਣ ਇਹਦੇ 'ਚ ਐਂਟਰ ਨਾ ਹੋ ਸਕੇ। ਅਤੇ ਆਹ ਦੇਖੋ ਤੁਸੀਂ ਦੀਵਾਰ ਕਿੰਨੀ ਮੋਟੀ, ਆਹ 2-3 ਫੁੱਟ ਦੀ ਦੀਵਾਰ ਚੌੜੀ ਹੋਣੀ। ਦੇ ਹੁਣ ਥੱਲੇ ਚੱਲੇ, ਹੁਣ ਉਹ ਦੂਸਰਾ ਗੇਟ ਤੁਹਾਨੂੰ ਆਪਾਂ ਦਿਖਾਉਣਾ। ਇੱਧਰੋਂ ਆਪਾਂ ਹੁਣ ਇਹਦੇ ਦੂਸਰੇ ਗੇਟ 'ਤੇ ਚੱਲੇ ਹਾਂ, ਇੱਕ ਗੇਟ ਆਪਾਂ ਤੁਹਾਨੂੰ ਵਿਖਾ ਤਾ, ਹੁਣ ਆਪਾਂ ਤੁਹਾਨੂੰ ਦੂਜਾ ਗੇਟ ਵਿਖਾਉਣਾ। ਅਤੇ ਇੱਧਰ ਕੀ ਹੈ, ਇੱਧਰ ਦੇਖ ਲਈਏ ਆਪਾਂ, ਇਹ ਕੀ ਸੀ ਮਸਜਿਦ। ਹਾਂ, ਅਤੇ ਇੱਧਰ ਉਹ ਰਾਜੇ ਨੇ ਜਿਹੜਾ ਸੀਗਾ ਮਾਨਤ ਖਾਨ, ਉਹਨੇ ਆਪਦੇ ਲਈ ਸਪੈਸ਼ਲ ਇੱਕ ਮਸਜਿਦ ਵੀ ਬਣਾਈ। ਅਤੇ ਯਾਰ ਜਿੰਨੀਆਂ ਇੱਦਾਂ ਦੀਆਂ ਪੁਰਾਣੀਆਂ ਬਿਲਡਿੰਗਾਂ ਦੇਖੀਆਂ ਨਾ, ਇੱਦਾਂ ਦੀ ਕੰਸਟਰਕਸ਼ਨ ਦੇਖੇ ਆ ਮੈਂ, ਉਹਨਾਂ ਦੇ ਹਰੇਕ ਦੇ ਆਪਦੀ ਮਸਜਿਦ ਬਣੀ ਹੁੰਦੀ ਸੀਗੀ। ਇੱਕ ਮੈਂ ਤੁਹਾਨੂੰ ਜਿਹੜੀ ਦਿਖਾਈ ਸੀ ਨਾ ਬੰਬੂ ਗਾਟ ਵਾਲੀ ਹਵੇਲੀ, ਉਹਦੇ ਵਿੱਚ ਵੀ ਉਹ ਜਿਹੜਾ ਮੁਸਲਮਾਨ ਸੀਗਾ ਉਹਨੇ ਆਪਦੇ ਵੀ ਮਸਜਿਦ ਬਣਾਈ ਸੀਗੀ, ਉਹ ਛੋਟੀ ਸੀਗੀ ਅਤੇ ਟਾਈਪ 'ਤੇ ਬਣਾਏ ਗਏ, ਇਹਦੇ ਵਿੱਚ ਪਾਣੀ ਛੱਡ ਦਿੰਦੇ ਸੀਗੇ, ਅਤੇ ਜਿਹੜਾ ਪਾਣੀ ਨਾਲ ਜਿਹੜੇ ਪੈਰ ਧੋ ਕੇ ਜਿੰਨੇ ਵੀ ਜਾਣਾ ਪੈਰ ਧੋ ਕੇ ਅੰਦਰ ਜਾਵੇ। ਅਤੇ ਹਾਂ ਜਾਂਦੇ ਆਪਾਂ, ਅਤੇ ਇੱਧਰ ਆ ਖੂਹ ਵੀ ਬਣਾਇਆ ਸੀਗਾ, ਕਿਉਂਕਿ ਜਿਹੜਾ ਪਾਣੀ ਇਹਦੇ ਵਿੱਚ ਲੈਂਦੇ ਹੁੰਦੇ ਸੀ ਨਾ ਇਹਦੇ ਵਿੱਚ ਮਸਜਿਦ ਤੋਂ ਪਹਿਲਾਂ, ਅਤੇ ਉਹ ਇਸ ਖੂਹ ਤੋਂ ਲੈਂਦੇ ਹੁੰਦੇ ਸੀ, ਅਤੇ ਖੂਹਾਂ ਦਾ ਪਾਣੀ ਇਹਦੇ ਵਿੱਚ ਚੱਲ ਜਾਂਦਾ ਸੀਗਾ। ਅਤੇ ਚਲੋ ਹੁਣ ਆਪਾਂ ਅੰਦਰ ਜਾਂਦੇ, ਅਤੇ ਆਹ ਦੇਖੋ ਇਹਦਾ ਜਿਹੜਾ ਮੇਨ ਗੇਟ,
ਕਹਿੰਦੀ ਆ ਦੁਬਾਰਾ ਕੰਸਟਰਕਸ਼ਨ ਕੀਤੀ ਆ ਹਨਾ, ਆ ਸੀਮੈਂਟ ਲੱਗਾ ਹੋਇਆ ਦੁਬਾਰਾ ਇਹਨੂੰ ਹਨਾ। ਹਾਂ ਪੰਜਾਬ ਸਰਕਾਰ ਨੇ ਹੋ ਸਕਦਾ ਵੀ ਇਹਨੂੰ ਥੋੜ੍ਹਾ ਰੈਨੋਵੇਟ ਕੀਤਾ ਹੋਵੇ, ਚੱਲਦਾ ਵਾ ਕੰਮ ਇੱਥੇ? ਅੱਛਾ ਰਿਪੇਅਰ ਹੁੰਦਾ ਵਾ, ਤੇ ਇੱਥੇ ਕੋਈ ਸਿਕਿਉਰਿਟੀ ਗਾਰਡ ਨਹੀਂ ਹੁੰਦਾ? ਅੱਛਾ ਇੱਦਾਂ ਹੀ ਹੁੰਦਾ ਵਾ, ਠੀਕ ਆ। ਤੇ ਆ ਜਿਹੜੀਆਂ ਨਾਨਕਸ਼ਾਹੀ ਇੱਟਾਂ ਲੱਗੀਆਂ ਹੋਈਆਂ ਵਾ, ਤੇ ਕੁਛ ਤਾਂ ਉਹ ਦੂਸਰੀਆਂ ਇੱਟਾਂ ਲੋਕਾਂ ਦੇ ਘਰਾਂ ਦੀਆਂ। ਅੱਛਾ ਉੱਧਰ ਖੂਹ ਵੀ ਹੈਗਾ ਵਾ, ਤੇ ਆਹ ਦੇਖੋ ਜਿਸ ਤਰ੍ਹਾਂ ਸਰੋਵਰ ਟਾਈਪ ਬਣਾਇਆ ਹੋਇਆ ਨਾ, ਉੱਪਰ ਜਾਣ ਵਾਸਤੇ ਨੀਚੇ ਆਉਣ ਵਾਸਤੇ। ਤੇ ਆ ਮੇਨ ਮਸਜਿਦ ਆ, ਆਹੀ ਗੇਟ ਆ? ਅੱਛਾ ਬੂਟ ਲਾਉਣੇ ਪੈਣੇ? ਅੱਛਾ ਤੇ ਕੋਈ ਨਹੀਂ ਮਿੱਤਰੋ, ਆਪਾਂ ਫਿਰ ਬੂਟ ਲਾ ਲੈਂਦੇ, ਬੂਟ ਲਾ ਕੇ ਜਾਂਦੇ। ਤੇ ਇਹਦੇ ਵਿੱਚ ਅੱਛਾ, ਤੇ ਆਹ ਦੇਖੋ ਸ਼ਾਇਦ ਇੱਥੋਂ ਤਾਂ ਹਨੇਰਾ ਵਾ, ਹਨੇਰੇ ਕਰਕੇ ਆਹ ਦੇਖੋ ਹੁਣ ਦਿਸਦਾ ਵਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਨਾ, ਗੇਟ ਦੇ ਪਹਿਲਾਂ ਜਦੋਂ ਆਪਾਂ ਐਂਟਰ ਹੁੰਦੇ ਉਦੋਂ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਜੀ, ਅਤੇ ਇੱਥੇ ਵੀ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਹੋਈਆਂ, ਅਤੇ ਇੱਧਰਲੀ ਸਾਈਡ 'ਤੇ ਵੀ ਲਿਖੀਆਂ ਹੋਈਆਂ। ਆਹ ਦੇਖੋ ਤੁਸੀਂ, ਹਨੇਰਾ ਕਾਫੀ ਹੈ ਨਾ, ਕੈਮਰੇ 'ਚ ਆਉਂਦੀਆਂ ਨਹੀਂ ਪਈਆਂ। ਆਹ ਵੀ ਉੱਦਾਂ ਦਾ ਹੀ ਲਿਖਿਆ ਹੋਇਆ, ਅਤੇ ਉੱਪਰ ਜਿਹੜੀ ਛੱਤ ਮੈਂ ਤੁਹਾਨੂੰ ਦੱਸਿਆ ਵੀ ਉਹ ਵੀ ਉੱਦਾਂ ਦੀ ਬਣਾਈ ਹੋਈ ਹੈ। ਅਤੇ ਸਾਹਮਣੇ ਆ, ਸਾਹਮਣੇ ਕੀ ਆ? ਅੱਛਾ ਇੱਥੇ ਕੋਈ ਬਾਬਾ ਆਉਂਦਾ? ਅੱਛਾ ਠੀਕ ਆ, ਅੱਛਾ ਪੁਰਾਣੇ ਜਗਾਉਂਦੇ ਸੀਗੇ। ਅਤੇ ਇੱਥੇ ਵੀ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਹੋਈਆਂ। ਅਤੇ ਹੁਣ ਤਾਂ ਜਿਹੜੀ ਇਹਦੀ ਪੇਂਟਿੰਗ ਪੁਂਟਿੰਗ, ਕਿਉਂਕਿ ਉੱਪਰ ਜਿਹੜੀ ਛੱਤ ਹੈ ਬਹੁਤ ਵਧੀਆ ਪੇਂਟਿੰਗ ਹੁੰਦੀ ਆ, ਤਾਂ ਜਿਵੇਂ ਤਾਜ ਮਹਿਲ ਦੀ ਮੈਂ ਵੇਖੀ ਹੋਈ, ਉਹਦੀ ਛੱਤ ਬੜੀ ਘੈਂਟ ਪੇਂਟਿੰਗ ਕੀਤੀ, ਉੱਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਉੱਤੇ ਵੀ ਉਹਦੇ ਲਿਖੀਆਂ ਸੀ। ਪਰ ਹੁਣ ਦਾ ਟਾਈਮ ਦੇ ਹਿਸਾਬ 'ਤੇ ਤਾਂ ਇਹਦੀ ਜਿਹੜੀ ਕੰਸਟਰਕਸ਼ਨ ਸਾਰੀ ਵਿਗੜੀ ਪਈ, ਅਤੇ ਥੋੜ੍ਹਾ ਬਹੁਤਾ ਕਹਿੰਦੇ ਵੀ ਇਹਨੂੰ ਰੈਨੋਵੇਟ ਕੀਤਾ ਵਾ, ਪਰ ਹੁਣ ਤਾਂ ਜਿਹੜੇ ਇਹਦੇ ਕਲਰ ਪੇਂਟਿੰਗ ਉਹ ਵੀ ਲੱਥੀ ਪਈ ਹੈ, ਦਿਸਦੀ ਨਹੀਂ। ਅਤੇ ਆਹ ਦੇਖੋ ਇਹਦੀ ਛੱਤ ਉੱਦਾਂ ਦੀ ਪਈ ਬਣੀ ਹੋਈ, ਅਤੇ ਹੋ ਸਕਦਾ ਵੀ ਇੱਥੇ ਵੀ ਲਿਖੀਆਂ ਹੋਣਗੀਆਂ, ਕਿਉਂਕਿ ਜਿਹੜਾ ਤਾਜ ਮਹਿਲ ਅਤੇ ਇੱਦਾਂ ਦੇ ਜਿਹੜੇ ਮਕਬਰੇ ਨਾ, ਇਹਨਾਂ 'ਚ ਸਾਇੰਸ ਦੀ ਬਹੁਤ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਸੀਗੀ। ਅਤੇ ਆਹ ਜਿਹੜੀਆਂ ਥੱਲੇ ਜਿਹੜੀਆਂ ਟਾਈਲਾਂ ਲੱਗੀਆਂ ਨੇ, ਇਹ ਉਦੋਂ ਦੀਆਂ ਲੱਗੀਆਂ ਜਾਂ ਦੁਬਾਰਾ ਲਾਈਆਂ? ਅੱਛਾ ਉਦੋਂ ਦੀਆਂ ਲੱਗੀਆਂ। ਹਾਂ ਬੂਟ ਪਾਉਣ ਲੱਗੇ ਹਾਂ, ਅਤੇ ਉਹ ਜਿਹੜਾ ਖੂਹ ਵੀ ਮੈਂ ਤੁਹਾਨੂੰ ਵਿਖਾਇਆ ਪਹਿਲਾਂ, ਉਹਦੇ 'ਚ ਪਾਣੀ ਤਾਂ ਨਹੀਂ ਹੋਣਾ? ਨਹੀਂ ਹੁਣ ਤਾਂ ਪਾਣੀ ਨਹੀਂ ਹੋਣਾ, ਕਿਉਂਕਿ ਆਪਣੇ ਜਿਹੜੇ ਪੰਜਾਬ ਦਾ ਲੈਵਲ ਪਾਣੀ ਦਾ ਉਹ ਵੀ ਬਹੁਤ ਡਾਊਨ ਹੋ ਗਿਆ। ਅਤੇ ਇੱਥੇ ਆ ਥੋੜ੍ਹੀ ਬਹੁਤੀ ਪੇਂਟਿੰਗ ਦਿਸਦੀ ਪਈ ਆ, ਸੋਹਣੀ ਹੁੰਦੀ ਪੇਂਟਿੰਗ, ਜਿਹੜੇ ਸਬਜ਼ੀਆਂ ਤੋਂ ਫਲਾਂ ਤੋਂ ਲਏ ਜਾਂਦੇ ਸੀਗੇ ਪੁਰਾਣਿਆਂ ਜ਼ਮਾਨਿਆਂ ਦੇ ਵਿੱਚ ਰੰਗ, ਅਤੇ ਆ ਉਹ ਹੀ ਭਰੇ ਹੋਏ ਨੇ ਰੰਗ। ਤੁਹਾਨੂੰ ਦਿੱਤੀ ਦਿਖਾ ਟੋਣਾ, ਜਿਹੜਾ ਸਰਾਂ ਦਾ ਦੂਸਰਾ ਗੇਟ ਆਪਾਂ ਤੁਹਾਨੂੰ ਵਿਖਾਉਣਾ, ਅਤੇ ਚੱਲ ਮੇਰੇ ਭਰਾ ਆ ਗਲੀ। ਆਹ ਜਿਹੜੇ ਇੱਥੋਂ ਦੇ ਜਵਾਕ ਉਹ ਖੇਡਦੇ ਪਏ ਨੇ, ਆਹ ਚੈੱਕ ਕਰੋ ਵੀ ਜਿਹੜਾ ਰਾਹ ਤੁਸੀਂ ਆ ਬਣਾਇਆ ਨਾ ਰਾਹ, ਅਤੇ ਇਹਦੇ ਆਸੇ ਪਾਸੇ ਇੱਧਰ ਵੀ ਇਹ ਬਣਾਈਆਂ ਸੀਗੀਆਂ ਸਰਾਵਾਂ, ਅਤੇ ਇੱਧਰ ਵੀ ਬਣਾਏ ਸੀਗੇ ਸਰਾਂ, ਜਾਣੀ ਕਿ ਮਕਬਰੇ ਜਿੱਦਾਂ ਹੁਣ ਬਣੇ ਨਾ, ਇੱਦਾਂ ਹੀ ਤਾਂ ਨੂੰ ਬਣੇ ਹੋਏ ਸੀਗੇ ਮਕਬਰੇ, ਇੱਧਰ ਵੀ ਬਣੇ ਹੋਏ ਸੀਗੇ, ਇੱਧਰ ਵੀ ਬਣੇ ਹੋਏ। ਅਤੇ ਜਿਹੜੀ ਆਹ ਸਾਈਡ 'ਤੇ ਜਿਹੜੀ ਡਾਊਨ ਤੁਸੀਂ ਜਗ੍ਹਾ ਦੇਖਦੇ ਪਏ ਜੀ ਨਾ, ਇਹ ਇਸ ਕਰਕੇ ਰੱਖੀ ਜਾਂਦੀ ਸੀ ਉਸ ਟਾਈਮ 'ਤੇ ਵੀ ਜਦੋਂ ਕੋਈ ਦੁਸ਼ਮਣ ਇਸ
ਕਿਲੇ ਤੇ ਸਰਾਂ ਤੇ ਹਮਲਾ ਕਰਦਾ ਤੇ ਜਿਹੜੀ ਜਿਹੜੀ ਅੰਡਰਗਰਾਊਂਡ ਜਿਹੜਾ ਰਾਹ ਬਣਿਆ ਜਾਂਦਾ ਵੀ ਇਸ ਹਿਸਾਬ ਤੇ ਜਿਹੜੇ ਇੱਧਰ ਦੁਬਾਰਾ ਲੱਗੀਆਂ ਤੇ ਇੱਧਰ ਦੁਬਾਰਾ ਲੱਗੇ ਤੇ ਆਵਾਜ਼ ਗੂੰਜਦੀ ਸੀ। ਗੂੰਜ ਨਾਲ ਜਿਹੜੇ ਸਾਰੇ ਮਹਿਲ ਦੇ ਜਿਹੜੇ ਸੈਨਿਕ ਉਹ ਅਲਰਟ ਹੋ ਜਾਂਦੇ ਸੀ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਹੁਣ ਕਿਲੇ ਤੇ ਆਕਰਮਣ ਹੋ ਰਿਹਾ ਤੇ ਬੰਦ ਕੀਤਾ ਹੋਇਆ ਜੰਦਰਾ ਲਾਇਆ ਹੋਇਆ ਤੇ ਇੱਧਰ ਵੀ ਹਾਂ ਟੁੱਟੀਆਂ ਹੀ ਆਪਾਂ ਇੱਧਰ ਵੀ ਤਾਂ ਜਾਵਾਂਗੇ ਤੇ ਪਹਿਲਾਂ ਮੈਂ ਤੁਹਾਨੂੰ ਇਹਦਾ ਗੇਟ ਦਿਖਾ ਦਾਂ ਵੀ ਆਹ ਦੇਖੋ ਤੇ ਇੱਦਾਂ ਦਿਸਦਾ ਜੇ ਦੂਸਰਾ ਗੇਟ ਦੇ ਉੱਪਰ ਆ ਜਿਹੜੀ ਛੱਤ ਆਹ ਦੇਖੋ ਛੱਤ ਯਾਰ ਜ਼ਿਆਦਾਤਰ ਗੋਲ ਹੀ ਪਾਉਂਦੇ ਸੀਗੇ ਉਸ ਤੇ ਆਪਾਂ ਇਹਦੇ ਉੱਪਰ ਵੀ ਜਾਵਾਂਗੇ। ਇੱਧਰ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਇੱਧਰ ਆ ਓਪਨ ਹੀ ਸੀਗਾ ਆ ਜਿਹੜਾ ਹੁਣ ਜਿਹੜੇ ਤੁਸੀਂ ਆ ਐਂਗਲਾਂ ਲੱਗੀਆਂ ਦੇਖਦੇ ਪਏ ਜਿਹਨੇ ਇਹ ਉਸ ਟਾਈਮ 'ਤੇ ਨਹੀਂ ਲੱਗੀਆਂ ਸੀਗੀਆਂ ਇਹ ਤਾਂ ਹੁਣ ਇਹਨੂੰ ਜਦੋਂ ਰੈਨੋਵੇਟ ਕੀਤਾ ਉਦੋਂ ਲਾਈਆਂ ਅਤੇ ਆਹ ਖੜ੍ਹਾ ਹੋਇਆ ਆਪਣਾ ਬੰਬੂ ਕਾਟ ਅਤੇ ਆਹ ਵੀ ਦੇਖੋ ਇੱਧਰ ਵੀ ਲੱਗਿਆ ਹੋਇਆ ਅਤੇ ਆਪਾਂ ਹੁਣ ਉੱਪਰ ਚੱਲਦੇ ਹਾਂ। ਯਾਰ ਇਹ ਜਿਹੜੀ ਸਰਾਂ ਨਾ ਬਹੁਤ ਵੱਡੀ ਹੈ ਵਰਤਿਆ ਜਾਂਦਾ ਸੀਗਾ ਸੈਨਿਕਾਂ ਵਾਸਤੇ ਘੋੜੇ ਹਾਥੀਆਂ ਵਾਸਤੇ ਹਥਿਆਰਾਂ ਵਾਸਤੇ ਅਤੇ ਆਹ ਦੇਖੋ ਉਸ ਤਰ੍ਹਾਂ ਟਾਈਪ ਵੀ ਮਕਬਰੇ ਛੋਟੇ ਛੋਟੇ ਮਕਬਰੇ ਬਣੇ ਹੋਏ ਜਿਸ ਤਰ੍ਹਾਂ ਮਤਲਬ ਕਿ ਜੇਲ੍ਹ ਟਾਈਪ ਲਾ ਲਓ ਤੁਸੀਂ ਉਸ ਤਰ੍ਹਾਂ ਮਕਬਰੇ ਬਣੇ ਹੋਏ ਆਹ ਦੇਖੋ ਆਹ ਵੀ ਅਲੱਗ ਮਕਬਰਾ ਬਣਿਆ ਹੋਇਆ ਆਹ ਵੀ ਅਲੱਗ ਬਣਿਆ ਹੋਇਆ ਇੱਦਾਂ ਹੀ ਸਾਰੇ ਮਕਬਰੇ ਬਣੇ ਹੋਏ ਆ ਮਕਬਰੇ ਲੈਣ ਸਿਰ ਮਕਬਰੇ ਬਣੇ ਹੋਏ ਕਈਆਂ ਦੀਆਂ ਛੱਤਾਂ ਹੈਗੀਆਂ ਕਈਆਂ ਦੀਆਂ ਨਹੀਂ ਛੱਤਾਂ ਹੈਗੀਆਂ ਅਤੇ ਇਹਦੀ ਛੱਤ ਹੈਗੀ ਹੈ ਅਤੇ ਹੋਰ ਮੈਂ ਤੁਹਾਨੂੰ ਦਿਖਾਉਣਾ ਵੀ ਕਈਆਂ ਦੀਆਂ ਛੱਤਾਂ ਨਹੀਂ ਹੈਗੀਆਂ ਅਤੇ ਯਾਰ ਤੁਸੀਂ ਇੱਕ ਗੱਲ ਸੋਚੋ ਵੀ ਇਹ ਬੜੇ ਮਾਣ ਵਾਲੀ ਗੱਲ ਵੀ ਜਿਹੜਾ ਸ਼ਾਹਜਹਾਂ ਨੇ ਤਾਜ ਮਹਿਲ ਬਣਾਇਆ ਸੀਗਾ ਉਹਦੇ ਵਿੱਚੋਂ ਮਾਨੇ ਦੇਖੋ ਵੀ ਆਪਣੇ ਪੰਜਾਬ 'ਚੋਂ ਵੀ ਇੱਕ ਮਿਸਤਰੀ ਲਿਆ ਗਿਆ ਮਹਾਨ ਮਿਸਤਰੀ ਅਤੇ ਜਿਹੜਾ ਕਿ ਆਪਣੇ ਪੰਜਾਬ ਦਾ ਵੀ ਉਹ ਤਾਜ ਮਹਿਲ ਬਣਾਉਣ ਵਾਸਤੇ ਗਿਆ ਸੀਗਾ ਅਤੇ ਉੱਦਾਂ ਤਾਂ ਮੈਂ ਤੁਹਾਨੂੰ ਜਿਹੜੀਆਂ ਪਹਿਲੀਆਂ ਵੀਡੀਓ ਉਹਨਾਂ ਵਿੱਚ ਦੱਸਿਆ ਸੀਗਾ ਵੀ ਜਿਹੜਾ ਪੱਥਰ ਹੈ ਨਾ ਉਹ ਵੀ ਆਪਣੇ ਪੰਜਾਬ ਤੋਂ ਲਿਆ ਗਿਆ ਸੀਗਾ ਤਾਜ ਮਹਿਲ ਦੇ ਉੱਤੇ ਲਾਉਣ ਵਾਸਤੇ ਜਿਹੜੇ ਰੰਗਦਾਰ ਪੱਥਰ ਨੇ ਜਿਹੜੇ ਲਿਸ਼ਕਦੇ ਉਹ ਵੀ ਆਪਣੇ ਪੰਜਾਬ ਤੋਂ ਲਏ ਗਏ ਸੀਗੇ ਅਤੇ ਜਿਹੜਾ ਮਿਸਤਰੀ ਮੇਨ ਮਿਸਤਰੀ ਜਿਹਨੇ ਕਾਰਾਗਰੀ ਉੱਥੇ ਕੀਤੀ ਹੈ ਨਾ ਅਤੇ ਉਹ ਵੀ ਆਪਣੇ ਪੰਜਾਬ ਤੋਂ ਇੱਕ ਲਿਆ ਗਿਆ ਸੀਗਾ ਅਤੇ ਬਾਕੀ ਆ ਜਿੱਦਾਂ ਮਕਬਰੇ ਬਣੇ ਹੋਏ ਆ ਉਹ ਵੀ ਦੇਖੋ ਉਹ ਵੀ ਮਕਬਰੇ ਬਣੇ ਹੋਏ ਆ ਜਿਹੜਾ ਉੱਪਰ ਇੱਕ ਗਰਾਊਂਡ ਤਰ੍ਹਾਂ ਬਣਿਆ ਹੋਣਾ ਜੋ ਜਿਹੜਾ ਰਾਜਾ ਸੀਗਾ ਹੈ ਨਾ ਉਹ ਇੱਥੇ ਆ ਕੇ ਰਾਊਂਡ ਕਰਦਾ ਸੀ। ਆਹ ਤੁਸੀਂ ਦੇਖੋ ਵੀ ਆ ਜਿਹੜੇ ਸਾਰੇ ਅਜੇ ਹਾਲੇ ਤੱਕ ਤਾਂ ਢੱਠੇ ਹੀ ਆਪਾਂ ਕਿਉਂਕਿ ਇਹਨੂੰ ਢੱਠੇ ਹੀ ਕਹਿਣਾ ਅਤੇ ਆ ਦੂਸਰੀ ਸਾਈਡ ਵੀ ਇੱਦਾਂ ਹੀ ਸਾਰੇ ਬਣੇ ਹੋਏ ਅਤੇ ਬਹੁਤ ਵੱਡਾ ਯਾਰ ਬਣਾਇਆ ਗਿਆ ਕਿਉਂਕਿ ਇੱਕ ਕਿਲ੍ਹਾ ਟਾਈਪ ਹੀ ਬਣਾਇਆ ਕੋਈ ਦੁਸ਼ਮਣ ਇਹਦੇ 'ਤੇ ਆ ਕੇ ਹਮਲਾ ਨਾ ਕਰ ਸਕੇ। ਆਹ ਦੇਖੋ ਤੁਸੀਂ ਉਦੋਂ ਤੱਕ ਅਤੇ ਆਪਾਂ ਹੁਣ ਬੈਕ ਸਾਈਡ ਹੀ ਚੱਲਣੇ ਪਿੱਛੇ ਹੀ। ਹਾਂਜੀ ਮਿੱਤਰੋ ਆਪਾਂ ਗਏ ਜੀ ਥੱਕ ਕਿਉਂਕਿ ਪਹਿਲਾਂ ਤਾਂ 150 ਕਿਲੋਮੀਟਰ ਲਗਾਤਾਰ ਬੁਲਟ ਚਲਾਉਣ ਦੇ ਨਾਲ ਇਹ ਜਿਹੜਾ ਕਿਲ੍ਹਾ ਇਹਨੂੰ ਕਵਰ ਕਰਦੇ ਤੁਹਾਨੂੰ ਪਹੁੰਚ ਮੈਂ ਥੱਕ ਗਿਆ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਿਉਂਕਿ ਤੁਹਾਡਾ ਇੱਕ ਇੱਕ ਲਾਈਕ ਅਤੇ ਇੱਕ ਇੱਕ ਵਿਊ ਮੈਨੂੰ ਬਹੁਤ ਮੋਟੀਵੇਟ ਕਰਦਾ। ਫਿਰੋਂ ਆ ਜਿਹੜਾ ਤੁਸੀਂ ਆਉਣਾ ਡਿਜ਼ਾਇਨ ਦੇਖ ਰਹੇ ਜੇ ਨਾ ਇਹ ਡਿਜ਼ਾਇਨ ਨਹੀਂ ਸੀਗਾ ਇੱਥੇ ਸੀਗੀ ਛੱਤ ਜਿਹੜੀ ਮੈਂ ਤੁਹਾਨੂੰ ਮਕਬਰੇ ਦਿਖਾਏ ਸੀ ਨਾ ਲਗਾਤਾਰ ਜਿਹੜੇ ਮਕਬਰੇ ਪਹਿਲਾਂ ਦਿਖਾਏ ਸੀਗੇ ਅਤੇ ਉਹਨਾਂ ਦੀਆਂ ਛੱਤ ਨੇ ਛੱਤਾਂ ਬਣਾਇਆ ਸੀ ਕੌਥਿਕ ਸਟਾਈਲ 'ਤੇ ਜਿੱਦਾਂ ਕਿ ਉਹਦੇ ਆ ਜਿਹੜੇ ਆ ਹੁਣ ਤਾਂ ਥੱਲੇ ਟੁੱਟ ਟੁੱਟ ਕੇ ਡਿੱਗ ਪਏ ਨੇ ਅਤੇ ਉਹਦੇ ਜਿਹੜੇ ਆ ਟਾਈਲਾਂ ਟੁੱਲਾਂ ਵਿੱਚੋਂ ਨਿਕਲ ਕੇ ਥੱਲੇ ਡਿੱਗੀਆਂ ਅਤੇ ਤਾਦੇ ਕਰਕੇ ਇਸ ਤਰ੍ਹਾਂ ਲੱਗਦਾ ਵੀ ਜਿੱਦਾਂ ਡਿਜ਼ਾਇਨਿੰਗ ਕੀਤੀ ਹੋਈ ਆਗੇ ਅਤੇ ਮੈਨੂੰ ਪੌੜੀਆਂ ਗਈਆਂ ਲੱਭ ਅਤੇ ਆਹ ਦੇਖੋ ਤੁਸੀਂ ਆਪਾਂ ਪਹਿਲਾਂ ਆਹ ਤੁਹਾਨੂੰ ਦਿਖਾ ਦਈਏ ਆਹ ਦੇਖੋ ਕੌਥਿਕ ਸਟਾਈਲ ਦੀ ਛੱਤ ਬਣੀ ਹੋਈ ਅਤੇ ਅੰਦਰਲੇ ਪਾਸੇ ਆਹ ਦੇਖੋ ਤੁਸੀਂ ਹੁਣ ਤਾਂ ਸਾਰਾ ਟਟਿਆ ਪਿਆ ਯਾਰ ਜੇ ਕਿਤੇ ਹਾਂ ਜੇ ਕਿਤੇ ਇਹਨੂੰ ਪਹਿਲਾਂ ਸੰਭਾਲਿਆ ਹੁੰਦਾ ਨਾ ਤਾਂ ਬਹੁਤ ਵਧੀਆ ਚੀਜ਼ ਸੀਗੀ ਇੱਦਾਂ ਆਪਣੇ ਪੁਰਾਣੇ ਇਤਿਹਾਸ ਦੇ ਨਾਲ ਰਿਲੇਟਡ ਅਤੇ ਹੁਣ ਆਪਾਂ ਉੱਪਰ ਚੱਲਣੇ
ਤੇ ਆਹ ਦੇਖੋ ਪੌੜੀਆਂ, ਮਤਲਬ ਮੈਨੂੰ ਤਾਂ ਯਾਰ ਪੌੜੀਆਂ ਦੀ ਹੈਰਾਨਗੀ ਹੁੰਦੀ ਵੀ ਇੱਕ ਇੱਕ ਡੇਢ ਡੇਢ ਫੁੱਟ ਦੇ ਉੱਤੇ ਸਟੈਪ ਛੱਡੇ ਹੋਏ ਹੈ ਨਾ ਚੜ੍ਹਨ ਵਾਸਤੇ, ਅਤੇ ਜਦੋਂ ਚੜ੍ਹਦਾ ਤਾਂ ਕਰਕਦਾ ਆਪਦੇ ਆਪ ਬੰਦਾ ਜਾਂਦਾ। ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਲੋਹਾ ਕਿਤੇ ਵੀ ਨਹੀਂ ਯੂਜ਼ ਹੋਇਆ, ਜਿੱਦਾਂ ਆਪਣੇ ਨੀਆਂ ਦੇ ਵਿੱਚ ਲੋਹਾ ਭਰ ਕੇ ਗਾਂ ਤਾਂ ਨੂੰ ਕੰਧਾਂ ਖੜੀਆਂ ਕਰਦੇ ਨੇ, ਬਾਅਦ ਚੋਂ ਛੱਤ 'ਤੇ ਲੋਹਾ ਲਾਉਂਦੇ ਨੇ, ਲੈਂਟਰ ਪਾਉਂਦੇ ਨੇ ਹੈ ਨਾ, ਗਾਡਰ ਪਾਉਂਦੇ ਨੇ, ਮੰਨ ਕੇ ਚਲੋ ਵੀ ਕੱਚੀ ਛੱਤ ਵੀ ਇਹ ਗਾਡਰ ਤੋਂ ਬਿਨਾਂ ਠਹਿਰ ਨਹੀਂ ਸਕਦੀ। ਉਹ ਟਾਈਮ 'ਤੇ ਵੇਖੋ ਲੋਹਾ ਵੀ ਨਹੀਂ ਛੱਤਾਂ ਦੇ ਵਿੱਚ ਵਰਤਿਆ ਜਾਂਦਾ ਸੀਗਾ, ਲੋਹਾ ਹਾਲਾਂਕਿ ਹੁੰਦਾ ਸੀਗਾ ਉਸ ਟਾਈਮ 'ਤੇ, ਹਥਿਆਰ ਹਥਿਊਰ ਬਣਾਉਂਦੇ ਹੁੰਦੇ ਸੀਗੇ, ਅਤੇ ਪਰ ਛੱਤਾਂ ਦੇ ਵਿੱਚ ਨਹੀਂ ਵਰਤਿਆ ਜਾਂਦਾ। ਛੱਤਾਂ ਦੇ ਵਿੱਚ ਸਿਰਫ ਇਹ ਨਾਨਕਸ਼ਾਹੀ ਇੱਟਾਂ ਅਤੇ ਬਸ ਚੂਨਾ ਪੱਥਰ ਵਰਤਿਆ ਜਾਂਦਾ ਸੀਗਾ, ਅਤੇ ਉਹਨਾਂ ਨਾਲ ਹੀ ਇੰਨੀ ਜ਼ਬਰਦਸਤ ਇਹ ਛੱਤ ਬਣਦੀ ਸੀਗੀ। ਅਤੇ ਇਸ ਛੱਤ 'ਤੇ ਵੀ ਪੇਂਟਿੰਗ ਹੋਣੀ ਵਾ, ਹੁਣ ਤਾਂ ਉਹ ਲੱਥ ਲੁੱਥ ਗਈ, ਮਿਟ ਮੁੱਟ ਗਈ। ਅਤੇ ਇੱਧਰਲੇ ਪਾਸੇ ਆ ਜਿਹੜੇ ਆ ਬਾਰੀਆਂ ਬਣੀਆਂ ਹੋਈਆਂ ਇਹਨਾਂ 'ਚ ਸਮਾਨ ਸਮੂਨ ਰੱਖਣ ਵਾਸਤੇ, ਅਤੇ ਆ ਗੇਟ ਦੇਖੋ ਕਿੰਨਾ ਵਧੀਆ ਬਣਾਇਆ। ਵੀ ਉਸ ਟਾਈਮ 'ਤੇ ਉਦੋਂ ਦੇ ਜਿਹੜੇ ਮਿਸਤਰੀ ਹੁੰਦੇ ਸੀ ਨਾ, ਇੰਨੇ ਕਾਰਾਗਰੀ ਉਹਨਾਂ ਦੇ ਕੋਲ ਹੁੰਦੇ ਸੀ ਨਾ, ਵੀ ਛੱਡ ਹੀ ਗੱਲਾਂ ਦੇ ਇਸ ਟਾਈਮ 'ਤੇ, ਅੱਜ ਦੇ ਇੰਜੀਨੀਅਰ ਵੀ ਉਹਨਾਂ ਦੇ ਸਾਹਮਣੇ ਫੇਲ ਹੁੰਦੇ ਸੀਗੇ। ਜ਼ਿਆਦਾ ਤਾਂ ਇੰਸਟਰੂਮੈਂਟ ਨਹੀਂ ਹੁੰਦੇ ਸੀਗੇ, ਅਤੇ ਜੋ ਵੀ ਹੁੰਦਾ ਸੀਗਾ ਹੱਥ ਨਾਲ ਰਗੜ ਰਗੜ ਕੇ ਬਣਾਉਂਦੇ ਸੀ, ਜਿਵੇਂ ਚਾਹੇ ਉਹ ਤਾਜ ਮਹਿਲ ਲਾ ਲਓ, ਜੋ ਵੀ ਉਹਦੇ 'ਚ ਜਿੰਨਾ ਵੀ ਪੱਥਰ ਲੱਗਾ ਸਾਰਾ ਹੱਥ ਨਾਲ ਰਗੜਿਆ, ਹੱਥ ਸਿਰਫ ਸ਼ੈਣੀ ਦੇ ਥੋੜੇ ਨਾਲ ਹੀ ਉਹਨੂੰ ਇਹ ਪੱਥਰ ਨੂੰ ਤਰਾਸ਼ਿਆ ਗਿਆ। ਅਤੇ ਆਪਾਂ ਪਹਿਲੀ ਮੰਜ਼ਿਲ 'ਤੇ ਆਏ ਸੀਗੇ, ਅਤੇ ਇੱਧਰ ਆਪਣਾ ਬੁਲਟ ਖੜ੍ਹਾ, ਅਤੇ ਉਹ ਦੂਸਰੇ ਪਾਸੇ ਉਹ ਸਰਾਂ ਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਕੰਧਾਂ ਸੀਗੀਆਂ, ਹੁਣ ਤਾਂ ਉਹ ਉਠਾ ਦਿੱਤੀਆਂ। ਅਤੇ ਆਪਾਂ ਹੁਣ ਦੂਸਰੀ ਮੰਜ਼ਿਲ 'ਤੇ ਖੜ੍ਹੇ ਹੋਏ, ਉਦੋਂ ਹੀ ਕੰਧ ਮੈਂ ਤੁਹਾਨੂੰ ਇੱਥੇ ਜਾ ਕੇ ਦਿਖਾਉਣਾ ਵੀ ਆਹ ਦੇਖੋ ਤੁਸੀਂ, ਆਹ ਜੇ ਕੰਧ ਘੱਟੋ ਘੱਟ 3 ਫੁੱਟ ਦੀ ਕੰਧ ਹੋਣੀ ਵਾ, ਅਤੇ ਇਹਦੇ 'ਚ ਦੋ ਬੰਦੇ ਆਰਾਮ ਨਾਲ ਤੁਰ ਕੇ ਜਾ ਸਕਦੇ, ਇੱਕ ਦੂਜੇ ਨੂੰ ਪਾਰ ਵੀ ਕਰ ਸਕਦੇ, ਇੰਨੀ ਵੱਡੀ ਕੰਧ ਏ, ਅਤੇ ਇਹਦੀ ਨੀਂਹ ਦੇਖੋ ਇਹਦੇ ਨਾਲ ਉਹ ਵੀ ਡਬਲ ਹੋਣੀ। ਅਤੇ ਆਹ ਰੱਖਿਆ ਹੋਇਆ ਪਾਣੀ ਵਾਲਾ ਪਰਨਾਲਾ, ਜਿਵੇਂ ਪੰਜਾਬੀ 'ਚ ਬੋਲਦੇ ਪਰਨਾਲਾ, ਪਰਨਾਲਾ ਵੇਖੋ ਕਿੰਨਾ ਵੱਡਾ ਰੱਖਿਆ। ਅਤੇ ਆਹ ਥੱਲੇ ਨੂੰ ਪਾਣੀ ਆਉਂਦਾ ਹੁਣ, ਇੱਧਰ ਨੂੰ ਜਾਂਦਾ ਹੁਣ, ਅਤੇ ਕਾਰ ਇੱਥੇ ਆ ਕੇ ਇਹਦੇ ਥੱਲੇ ਡਿੱਗ ਜਾਂਦਾ। ਪਰ ਮੈਨੂੰ ਤਾਂ ਪੌੜੀ ਨਹੀਂ ਲੱਭਦੀ ਪਈ, ਪੌੜੀ ਕਿੱਧਰ, ਕਿਉਂਕਿ ਪਹਿਲੀ ਮੰਜ਼ਿਲ 'ਤੇ ਤਾਂ ਮੈਂ ਕਿਹਾ ਚਲਾ ਸੀਗਾ, ਉਦੋਂ ਤਾਂ ਮੈਨੂੰ ਪੌੜੀ ਲੱਭ ਗਈ, ਅਤੇ ਹੁਣ ਉੱਧਰ ਦੂਸਰੀ ਮੰਜ਼ਿਲ 'ਤੇ ਜਾਣ ਲਈ ਪੌੜੀ ਨਹੀਂ ਮਿਲਦੀ ਪਈ। ਅਤੇ ਫਿਲਹਾਲ ਤੁਸੀਂ ਆਹ ਦੇਖੋ ਇਹਦੇ 'ਤੇ ਮਾਰੋ ਨਿਗਾ, ਅਤੇ ਆਹ ਦੇਖੋ ਕਿੰਨੀ ਮੋਟੀ ਦੀਵਾਰ, ਪਿੱਲਰ ਖੜ੍ਹਾ ਕੀਤਾ, ਅਤੇ ਔਰੇਂਜ ਪੇਂਟਿੰਗ, ਅਤੇ ਇੱਦਾਂ ਦੀ ਆ ਸਾਰੀ ਮੈਨੂੰ ਪੇਂਟਿੰਗ ਕੀਤੀ ਹੋਈ ਆ, ਸਾਈਡ ਸਾਈਡ 'ਤੇ ਗੇਟ, ਅਤੇ ਮੇਨ ਇੱਧਰ ਦੀ ਸ਼ਾਇਦ, ਹਾਂ ਉੱਧਰਲਾ ਮੇਨ ਗੇਟ ਦਾ ਫਰੰਟ ਵਾਲਾ ਪਾਸਾ ਦੂਸਰੀ ਸਾਈਡ ਸੀਗਾ ਚੜ੍ਹਦੇ ਵੱਲ ਨੂੰ, ਅਤੇ ਇਸ ਗੇਟ ਦਾ ਫਰੰਟ ਵਾਲਾ ਪਾਸਾ ਹੈਗਾ ਇੱਧਰ ਲਹਿੰਦੇ ਦਾ ਨੂੰ, ਹੱਥ ਕਰ ਰਿਹਾ ਬੰਦਾ ਆਪਾਂ ਨੂੰ। ਅਤੇ ਆਹ ਦੇਖੋ ਤੁਸੀਂ ਵੀ ਕਿੰਨੀ ਘੈਂਟ ਸੀ, ਬੜੀ ਨਹੀਂ ਕੁਝ ਨਹੀਂ ਹੋਇਆ, ਕੁਝ ਨਹੀਂ, ਹੱਥ ਪਾ ਲਿਆ ਸੀ ਮੈਂ। ਆਹ ਤੁਸੀਂ ਦੇਖੋ ਯਾਰ ਮੋਟਰਸਾਈਕਲ ਮੇਰੇ ਤੋਂ ਡਿੱਗ ਗਿਆ, ਚੱਲ ਕੋਈ ਨਹੀਂ, ਸੋਰੀ ਭਾਅ ਜੀ। ਅਤੇ ਇੱਧਰ ਉਹ ਦੇਖੋ ਉਹਦੇ 'ਤੇ ਖੜ੍ਹਾ ਹੋਇਆ ਬੰਦਾ ਇੱਕ, ਆ ਜਿਹੜੀ ਸਾਰੀ ਦੇਖਦੇ ਪਏ ਜੀ ਨਾ, ਮੈਂ ਬਜ਼ੂਮ ਕਰਕੇ ਦਿਖਾਉਂਦਾ, ਆਹ ਦੇਖੋ ਤੁਸੀਂ ਇੱਧਰ ਵੀ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਹੋਈਆਂ ਵਾ ਗੇਟ ਦੇ ਮੂਹਰਲੇ ਪਾਸੇ, ਅਤੇ ਜਿਹੜਾ ਕਲਰ ਏ ਉਹ ਵੀ, ਜਿਹੜੀ ਪੇਂਟਿੰਗ ਏ ਉਹ ਵੀ ਕੀਤੀ ਗਈ। ਅਤੇ ਆਹ ਦੇਖੋ ਇਹ ਘੂਰਨੇ ਜਿਹਾ ਕਿੰਨੇ ਸੋਹਣੇ ਲੱਗਦੇ ਪਏ, ਅਤੇ ਆ ਉੱਪਰ ਇੱਕ ਹੋਰ ਘੂਰਨਾ, ਅਤੇ ਉੱਧਰ ਵੀ, ਅਤੇ ਆਪਾਂ ਹੁਣ ਇਹਦੇ ਉੱਤੇ ਉਹਨਾਂ ਦਾ ਮੋਟਰਸਾਈਕਲ ਮੇਰੇ ਤੋਂ ਡਿੱਗ ਗਿਆ। ਮੇਰਾ ਧਿਆਨ ਸੀਗਾ ਵੀਡੀਓ ਪਾਉਣ ਦੇ ਵਿੱਚ, ਕਿਉਂਕਿ ਮੈਂ ਵੀਡੀਓ ਇੱਦਾਂ ਪਿੱਛੇ ਨੂੰ ਹੱਟ ਹੱਟ ਕੇ ਬਣਾਉਂਦਾ ਪਿਆ ਸੀਗਾ, ਅਤੇ ਮੋਟਰਸਾਈਕਲ ਕਿਵੇਂ ਡਿੱਗਾ ਉਹਦਾ ਮੈਨੂੰ ਪਤਾ ਨਹੀਂ, ਉਹਦੇ ਵਿੱਚ ਮੈਂ ਵੱਜ ਗਿਆ, ਅਤੇ ਮੋਟਰਸਾਈਕਲ ਉਹਨਾਂ ਦਾ ਡਿੱਗ ਗਿਆ, ਤਾਂ ਉਹ ਗੁੱਸਾ ਕਰਦਾ ਸੀਗਾ ਭਰਾ।
ਇੱਧਰ ਦੀ ਉੱਪਰ ਜਾਂਦੇ ਹਾਂ ਆਪਾਂ ਅਤੇ ਇੱਧਰ ਦੀ ਮੈਂ ਚੜ੍ਹਦਾ ਅਤੇ ਫਿਰ ਪੌੜੀਆਂ ਲੱਭਣ। ਹਾਂਜੀ ਮਿੱਤਰੋ, ਮੈਨੂੰ ਪੌੜੀਆਂ ਤਾਂ ਨਹੀਂ ਲੱਭੀਆਂ ਪਰ ਮੈਂ ਆਪਦਾ ਜਗਾੜ ਜਿਹਾ ਲਾ ਕੇ ਤਾਂ ਆ ਗਿਆ ਉੱਪਰ ਅਤੇ ਪਹਿਲਾਂ ਤਾਂ ਤੁਹਾਨੂੰ ਇੱਧਰ ਚੈੱਕ ਕਰਾਈਏ, ਖਾਸ ਨਹੀਂ ਗਾ ਅਤੇ ਆਪਾਂ ਹੁਣ ਇੱਧਰ ਦੀ ਜਾਂਦੇ ਉੱਪਰ। ਨਾ ਜੌਨ ਏ ਇਹਦਾ ਨਾ, ਇਹਦਾ ਚੈਨਲ ਏ ਜੌਨ ਆਰਟ ਵਲੌਗ ਅਤੇ ਇੱਧਰ ਵੀ ਛੱਤਾਂ ਨੇ ਅਤੇ ਉਹ ਮੋਟਰਸਾਈਕਲ ਮੇਰੇ ਤੋਂ ਡਿੱਗਾ ਸੀਗਾ ਤੁਸੀਂ ਵੇਖਿਆ ਹੀ ਹੋਣਾ। ਅਤੇ ਚਲੋ ਕੋਈ ਨਹੀਂ, ਕਹਿੰਦੇ ਉੱਪਰ ਜਾਣਾ ਯਾਰ, ਉੱਪਰ ਪੌੜੀਆਂ ਕਿੱਧਰ ਦੀ ਆ? ਇੱਧਰ ਦੀ ਕਿੱਧਰ? ਉੱਪਰ ਉੱਪਰ ਉੱਪਰ, ਹਾਂ ਉੱਪਰ। ਹਾਂ ਫਿਰ ਉੱਪਰ ਆ ਜਾ ਯਾਰ, ਕਿੱਧਰ ਜਾਣਾ ਯਾਰ? ਮੈਨੂੰ ਤਾਂ ਪੌੜੀਆਂ ਹੀ ਨਹੀਂ ਲੱਭੀਆਂ, ਇੱਧਰ ਹੋਣੀਆਂ ਫਿਰ ਪੌੜੀਆਂ। ਤੀਸਰੀ ਮੰਜ਼ਿਲ ਤੇ ਆ ਗਏ ਆ ਤੇ ਇਹਨੂੰ ਤਾਂ ਪੌੜੀ ਨਹੀਂ ਸੀ ਹੈਗੀ, ਪਾਪਾ ਫੇਰ ਵੀ ਜਗਾੜ ਜਗੂੜ ਲਾ ਕੇ ਉੱਪਰ ਆ ਗਏ ਤੇ ਹਜੇ ਛੱਤ, ਹਾਂ ਦੇਖੋ ਤੁਸੀਂ ਉੱਪਰੋਂ ਵੀ ਛੱਤ ਹਿੱਲੇ ਉਦਾਂ ਦੀ ਉਦਾਂ ਪਈ, ਥੋੜੀਆਂ ਬਹੁਤੀਆਂ ਤ੍ਰੇੜਾਂ ਆਈਆਂ ਪਰ ਘੈਂਟ ਏ। ਅਤੇ ਉਹ ਤੁਸੀਂ ਦੇਖੋ ਜਿਹੜਾ ਮੈਂ ਤੁਹਾਨੂੰ ਦੱਸਦਾ ਪਿਆ ਵੀ ਇਹ ਦੁਬਾਰਾ ਰੈਨੋਵੇਟ ਕਰਦੇ ਪਏ, ਆਹ ਇੱਕ ਨੂੰ ਰੈਨੋਵੇਟ ਕੀਤਾ ਵਾ ਅਤੇ ਆਹ ਦੂਸਰੇ ਨੂੰ ਨਹੀਂ ਕੀਤਾ ਵਾ, ਇਹ ਦੋਵੇਂ ਕੀਤੇ ਸੀਗੇ। ਅੱਛਾ, ਹਾਂ ਇਹ ਇਕੱਲਾ ਹੀ ਅਜੇ ਕੀਤਾ ਵਾ, ਹਾਂ ਅਤੇ ਦੁਬਾਰਾ ਉਹ ਕਰਨੇ ਵਾ ਫਿਰ? ਅੱਗੇ ਫਿਰ ਤਾਂ ਉਹ ਵੀ ਕਰਨਗੇ ਜਿਹੜੇ, ਹਾਂਜੀ ਹਾਂਜੀ ਸ਼ਾਇਦ ਕਰਨਗੇ। ਕੰਮ ਇਹ ਮਤਲਬ ਇਹ ਜਿਹੜੇ ਮਤਲਬ ਮਹਿਲ ਆ ਨਾ, ਇਹ ਬੜੇ ਥਾਵਾਂ ਦੇ, ਇਹ ਮਤਲਬ ਜਿਹੜੇ ਡਿਪਾਰਟਮੈਂਟ ਨੇ ਸੀ ਓ ਸੂ। ਅੱਛਾ, ਉਹਨਾਂ ਦੇ ਕੋਲ ਇਹ ਕਿਹਨਾਂ ਦੇ ਅੰਡਰ ਆਉਂਦੇ ਵਾ? ਇਹ ਮਤਲਬ ਮੈਡਮ ਹੀ ਹੈ ਕੋਈ। ਅੱਛਾ, ਯਾਨੀ ਕਿ ਉਹ ਪੰਜਾਬ ਦੀ ਜਾਂ ਪੰਜਾਬ ਤੋਂ ਬਾਹਰ ਦੀ ਵਾ? ਨਹੀਂ ਮੈਨੂੰ ਲੱਗਦਾ ਬਾਹਰ ਦੀ, ਉਹਨਾਂ ਦੇ ਹੱਥ ਵਾਸਤੇ ਯਾਰ ਮੈਨੂੰ ਲੱਗਦਾ ਇਹ ਸੈਂਟਰ ਗੌਰਮੈਂਟ ਦੇ ਥਰੂ ਆ, ਕਿਉਂਕਿ ਜਿਹੜੇ ਮੈਂ ਪਹਿਲਾਂ ਤੁਹਾਨੂੰ ਦਿਖਾਏ ਸੀ ਨਾ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਅਤੇ ਅੰਗਰੇਜ਼ਾਂ ਨਾਲ ਜਿਹਨਾਂ ਦੀ ਲੜਾਈ ਹੋਈ ਸੀਗੀ, ਉਹ ਜਿਹੜੇ ਬੁਰਜ ਉਹ ਵੀ ਸੈਂਟਰ ਗੌਰਮੈਂਟ ਤੋਂ ਸੀਗੇ ਅਤੇ ਇਹ ਵੀ ਮੈਨੂੰ ਲੱਗਦਾ ਜਿੱਥੋਂ ਤੱਕ ਮੇਰਾ ਆਈਡੀਆ ਵੀ ਸੈਂਟਰ ਗੌਰਮੈਂਟ ਦੇ ਬੁਰਜ ਹੋਣੇ ਅਤੇ ਦੁਬਾਰਾ ਇਹਨੂੰ ਰੈਨੋਵੇਟ ਕੀਤਾ ਵਾ। ਆਹ ਦੇਖੋ ਆਹ ਤਾਂ ਸੀਮਿੰਟ ਲੱਗਾ ਵਾ ਅਤੇ ਚੂਨਾ ਪੱਥਰ ਇਹਦੇ, ਆਹ ਜਿਹੜਾ ਚੂਨਾ ਪੱਥਰ ਲੱਗਾ ਜੀ ਅਤੇ ਇਹ ਜਿਹੜਾ ਸੀਮਿੰਟ ਲੱਗਾ ਤਾਂ ਸੀ ਆਪਾਂ, ਉਹ ਥੱਲੋਂ ਆਏ ਜਿੱਥੇ ਉਹ ਬਾਪੂ ਫਿਰਦਾ ਵਾ ਅਤੇ ਆਹ ਜਿਹੜਾ ਖੂਹ ਜੇ ਅਤੇ ਇੱਥੋਂ ਆ ਸਾਰਾ ਪਿੰਡ ਦੇਖਦਾ ਪਿਆ ਜੀ। ਅਮਾਨਤ, ਇਹ ਅਮਾਨਤ ਅਮਾਨਤ ਦੀ ਸਰਾਂ ਅਤੇ ਜਿਹੜਾ ਮੈਂ ਜੂਮ ਕੀਤਾ ਨਾ ਆਹ ਜਿਹੜਾ ਸਾਰੇ ਕੋਈ ਆਹ ਲੈਨ ਜੀ ਦੇਖਦੇ ਪਏ ਦਰੱਖਤਾਂ ਵਾਲੀ, ਇਹ ਅਟਾਰੀ ਅਟਾਰੀ ਬਾਰਡਰ ਰੋਡ, ਇੱਥੋਂ ਬਾਰਡਰ ਰੋਡ ਕੋਈ 24-25 ਕਿਲੋਮੀਟਰ ਰਹਿ ਜਾਂਦਾ ਅਤੇ ਇੱਥੋਂ ਜਿਹੜਾ ਡੇਰਾ ਬਾਬਾ ਨਾਨਕ ਇਹ ਵੀ ਇੱਧਰ ਅਤੇ ਪੰਜਾਬ ਤੋਂ ਪਾਕਿਸਤਾਨ ਨੂੰ ਜਿਹੜੇ ਵੀਜ਼ਾ ਲਵਾ ਕੇ ਜਾਂਦੇ ਉਹ ਵੀ ਇੱਧਰੋਂ ਹੀ ਜਾਂਦੇ ਨੇ ਅਤੇ ਆਹ ਵੀ ਬਹੁਤ ਸੋਹਣਾ ਲੱਗਦਾ ਪਿਆ ਅਤੇ ਆਹ ਵੀ ਆ ਸਾਰੀ ਜਿੰਨੀ ਤੁਸੀਂ ਆ ਦੇਖਦੇ ਪਏ ਜੇ ਨਾ ਆ ਪਿੰਡ ਦੀ ਜਿਹੜੀ ਜਗ੍ਹਾ ਇੱਥੇ ਸਾਰੀ ਸਰਾਂ ਹੁੰਦੀ ਸੀਗੀ ਅਤੇ ਹੁਣ ਤਾਂ ਉਹਨਾਂ ਦੁਬਾਰਾ ਢਾ ਕੇ ਆਪਦੇ ਘਰ ਬਣਾ ਦਿੱਤੇ ਨੇ ਅਤੇ ਇੱਧਰ ਮੈਂ ਸਾਰਾ ਤੁਹਾਨੂੰ ਆ ਦਿਖਾਇਆ, ਇਹ ਵੀ ਘੁਮਾ ਦਿੱਤਾ ਅਤੇ ਬਹੁਤ ਵਧੀਆ। ਆਹ ਗੇਟ ਦੇਖਦੇ ਪਏ ਨਾ ਲਹਿੰਦੇ ਵੱਲ ਨੂੰ, ਇਹ ਇਹਦਾ ਗੇਟ ਦਾ ਨਾਂ ਸੀਗਾ ਲਾਹੌਰੀ ਗੇਟ, ਕਿਉਂਕਿ ਇੱਧਰਲੇ ਸਾਈਡ ਫਿਰ ਪਾਕਿਸਤਾਨ ਰਹਿ ਜਾਂਦਾ ਨਾ ਲਾਹੌਰ, ਜਦੋਂ ਫੌਜਾਂ ਇੱਧਰੋਂ ਆਉਂਦੀਆਂ ਸੀ ਕਿ ਨਾ ਲਾਹੌਰੋਂ ਜਾਣੀ ਕਿ ਪਾਕਿਸਤਾਨ ਵੱਲੋਂ, ਅਤੇ ਇਸ ਕਰਕੇ ਇਹ ਗੇਟ ਨੂੰ ਨਾਮ ਦੇ ਦਿੱਤਾ ਸੀਗਾ ਲਾਹੌਰ ਗੇਟ। ਅਤੇ ਜਿਹੜਾ ਦੂਸਰਾ ਗੇਟ, ਪਹਿਲਾ ਗੇਟ ਮੈਂ ਤੁਹਾਨੂੰ ਵਿਖਾਇਆ ਸੀਗਾ ਉਹ ਸੀਗਾ ਸ਼ਾਇਦ ਦਿੱਲੀ ਗੇਟ ਜਾਂ
ਕੋਈ ਪੱਕੀ ਇਨਫੋਰਮੇਸ਼ਨ ਨਹੀਂ ਹੈ, ਕੋਈ ਉਸ ਗੇਟ ਦਾ ਵੀ ਨਾਮ ਸੀਗਾ। ਇੱਕ ਮੈਂ ਤੁਹਾਨੂੰ ਪੁਰਾਣੇ ਜ਼ਮਾਨੇ ਦਾ ਜੀ ਪੀ ਐੱਸ ਵਿਖਾਵਾਂ ਵੀ ਉਸ ਟਾਈਮ ਦੇ ਜਿਹੜੇ ਲੋਕ ਸੀਗੇ ਕਿਹੜੀਆਂ ਨਿਸ਼ਾਨੀਆਂ ਲੈ ਕੇ ਇੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਂਦੇ ਹੁੰਦੇ ਸੀਗੇ। ਅਤੇ ਆਹ ਚੈੱਕ ਕਰੋ, ਇਹਨੂੰ ਕਹਿੰਦੇ ਜੇ ਕੋਸ ਮੀਨਾਰ, ਇਹਨੂੰ ਸੁੰਬਾ ਵੀ ਕਹਿ ਦਿੰਦੇ, ਬੁਰਜ ਵੀ ਕਹਿ ਦਿੰਦੇ, ਆਪਣੀ ਅਲੱਗ ਅਲੱਗ ਹੈ ਨਾ ਪੰਜਾਬੀ ਦੇ ਵਰਡ ਨੇ। ਅਤੇ ਇਹਨੂੰ ਮੇਨ ਇਹਨੂੰ ਇਹਦਾ ਨਾਮ ਦਿੱਤਾ ਗਿਆ ਕੋਸ ਮੀਨਾਰ। ਇਹ ਦਰਸਾਉਂਦੀ ਵੀ ਇਹਦੇ ਲਾਗੇ ਬੰਨੇ ਕੋਈ ਸਰਾਂ ਹੈਗੀ। ਅਤੇ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਦਿਖਾਈ ਸੀ ਨਾ ਇਹ ਸਰਾਂ, ਉਹ ਜਿਹੜੀ ਇਦੋਂ 1 ਕਿਲੋਮੀਟਰ ਅੱਗੇ ਸਰਾਂ ਹੈਗੀ। ਅਤੇ ਇਹ ਇੱਦਾਂ ਦੇ ਜਿਹੜੇ ਸੁੰਬੇ ਨੇ ਨਾ ਕੋਸ ਮੀਨਾਰ, ਇਹ ਥਾਂ ਥਾਂ 'ਤੇ ਆਪਾਂ ਜਦੋਂ ਦਿੱਲੀ ਨੂੰ ਜਾਂਦੇ ਨਾ ਥਾਂ ਥਾਂ 'ਤੇ ਇੱਦਾਂ ਦੇ ਲੱਗੇ ਹੈ। ਅਤੇ ਉਦੋਂ ਦੇ ਹਿਸਾਬ ਦੇ ਤੁਸੀਂ ਦੇਖੋ ਵੀ ਉਦੋਂ ਇਹਨੂੰ ਇਸ ਕਰਕੇ ਯੂਜ਼ ਕੀਤਾ ਜਾਂਦਾ ਵੀ ਇੱਕ ਤਾਂ ਇੱਥੇ ਇਹ ਜਿਹੜਾ ਕੋਸ ਮੀਨਾਰ ਇਹ ਦਰਸਾਉਂਦੀ ਵੀ ਇੱਥੇ ਇਹਦੇ ਲਾਗੇ ਬੰਨੇ ਕੋਈ ਸਰਾਂ ਹੈਗੀ। ਅਤੇ ਉਸ ਟਾਈਮ ਦੀਆਂ ਪੁਰਾਣੀਆਂ ਇੱਟਾਂ ਲੱਗੀਆਂ ਹੋਈਆਂ, ਛੋਟੀਆਂ ਛੋਟੀਆਂ ਇੱਟਾਂ ਲੱਗੀਆਂ ਹੋਈਆਂ ਵਾ। ਅਤੇ ਇਹਨੂੰ ਇਹਦਾ ਰੈਨੋਵੇਟ ਕੀਤਾ ਵਾ, ਜਿੱਦਾਂ ਸਰਾਂ ਨੂੰ ਰੈਨੋਵੇਟ ਕਰ ਰਹੇ ਉੱਦਾਂ ਇਹਨੂੰ ਵੀ ਇਹਨੂੰ ਥੋੜ੍ਹਾ ਬਹੁਤਾ ਰੈਨੋਵੇਟ ਕੀਤਾ ਵਾ। ਅਤੇ ਆਹ ਤੁਸੀਂ ਦੇਖੋ ਛੋਟੀਆਂ ਛੋਟੀਆਂ ਇੱਟਾਂ ਲੱਗੀਆਂ ਹੋਈਆਂ, ਜਿਹੜਾ ਚੂਨਾ ਪੱਥਰ ਲੱਗਾ ਹੋਇਆ ਉੱਪਰ ਵੀ ਚੂਨਾ ਪੱਥਰ, ਇੱਦਾਂ ਲੱਗਦਾ ਜਿਵੇਂ ਕੋਈ ਪੱਠਾ ਖੜਾ, ਛੋਟਾ ਜਿਹਾ ਪੱਠਾ ਖੜਾ। ਜਿਹੜਾ ਸੂਰੀ ਸੀਗਾ ਨਾ ਰਾਜਾ, ਅਤੇ ਉਸ ਰਾਜ ਦੇ ਵਿੱਚ ਵੀ ਉਹ ਜਿਹੜਾ ਸੂਰੀ ਰਾਜਾ ਸੀਗਾ ਨਾ, ਸੂਰੀ ਰਾਜੇ ਦੇ ਸਾਲੇ ਦੀ ਜਿਹੜੀ ਆਈ ਸੀ ਸਰਾਂ, ਜਿਹੜੀ ਇਮਾਨਤ ਸਰਾਂ ਮੈਂ ਤੁਹਾਨੂੰ ਦਿਖਾਈ। ਅਤੇ ਕਹਿੰਦੇ ਨੇ ਵੀ ਸੂਰੀ ਦੇ ਰਾਜ ਦੇ ਵਿੱਚ ਇੱਦਾਂ ਦਾ ਹੁੰਦਾ ਰਾਜ, ਮਤਲਬ ਕਿ ਇਮਾਨਦਾਰ ਰਾਜ ਹੁੰਦਾ ਸੀਗਾ, ਵੀ ਉਹਦੇ ਰਾਜ ਦੇ ਵਿੱਚ ਕੋਈ ਔਰਤ ਹੈ ਨਾ ਜੰਗਲਾਂ ਦੇ ਵਿੱਚੋਂ ਇਕੱਲੀ ਜਾਂਦੀ ਪਈ ਨਾ, ਵੀ ਉਹਨੂੰ ਇਹ ਨਹੀਂ ਵੀ ਉਹਨੂੰ ਕੋਈ ਲੁੱਟ ਲੈਣਗੇ, ਜੇ ਉਹਨੇ ਇਹ ਆਪਦੇ ਕੰਨਾਂ ਦੇ ਵਿੱਚ ਕਾਂਟੇ ਪਾਏ ਵੀ ਕੋਈ ਕਾਂਟੇ ਲਾ ਕੇ ਲੈ ਜਾਵੇ, ਕੋਈ ਡਾਕੂ ਲੁੱਟ ਲਵੇਗਾ, ਵੀ ਇੱਦਾਂ ਦਾ ਉਹਦਾ ਰਾਜ ਨਹੀਂ ਸੀਗਾ। ਬੜਾ ਵਧੀਆ ਹੁੰਦਾ ਰਾਜ ਸੀਗਾ, ਇਮਾਨਦਾਰ ਰਾਜ ਸੀਗਾ, ਫੁੱਲ ਇਨਸਾਫ ਹੁੰਦਾ ਸੀਗਾ। ਅਤੇ ਮਿੱਤਰੋ, ਇਹ ਸੀਗੀ ਅੱਜ ਦੀ ਆਪਣੀ ਵੀਡੀਓ, ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ। ਵੀ ਇੱਦਾਂ ਦੇ ਜਿਹੜੀਆਂ ਸਰਾਵਾਂ ਸਰੂ ਆ ਪੁਰਾਣੇ ਪੁਰਾਣੇ ਮਹਿਲ ਲੱਭਣ 'ਚ ਮਿਹਨਤ ਬਹੁਤ ਲੱਗਦੀ। ਅਤੇ ਅੱਜ ਦੀ ਵੀਡੀਓ ਵਿੱਚ ਇੰਨਾ ਕੁਝ ਸੀਗਾ, ਅਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਠੋਕ ਦਿਆ ਜੇ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ। ਮਿਲਾਂਗੇ ਆਪਾਂ ਇੱਕ ਹੋਰ ਇਵੇਂ ਦੀ ਵੀਡੀਓ ਦੇ ਨਾਲ, ਇਵੇਂ ਦੇ ਇਤਿਹਾਸਿਕ ਪਲੇਸ ਦੇ ਨਾਲ। ਓਕੇ ਬਾਏ, ਠਾ ਠਾ।